ਪਰ ਨਾਮ ਸ਼ਹੀਦਾਂ ਨੂੰ ਜਿੰਨਾ ਕੌਮ ਲਈ ਜਿੰਦਵਾਰੀ। ਕਰੀਏ ਸ਼ੁਰੂ। ਓ ਬਾਬਿਆ ਸੱਚੀ ਸੁਣੀਏ ਚ ਸਵਾਗਤ ਤੁਹਾਡੇ ਗੱਲਾਂ ਬਾਤ ਦੇ ਰੋਮਾਂਚਕ ਗੁਰਲਾਲੀ ਬਾਬਾ ਸੀਰੀਜ਼ ਦੇ ਵਿੱਚ ਵਿੱਚ ਰਹਿ ਜਾਂਦੇ ਪ੍ਰੋਗਰਾਮ ਇਹਦੇ ਬਣਾਉਣੇ। ਸੋ ਇੱਕ ਸ਼ਹੀਦੀ ਦਿਹਾੜੇ ਸ਼ੁਰੂ ਹੋ ਗਏ, ਰੋਸਟ ਤਾਂ ਮੇਰੇ ਨਹੀਂ ਆਉਣਗੇ ਪਰ ਰੋਮਾਂਚਕ ਆਉਣਗੇ। ਪਹਿਲਾਂ ਮੈਂ ਸੋਚਿਆ ਸੀ ਕੁਛ ਨਾ ਪਾਵਾਂ, ਹੈ ਨਾ, ਫਿਰ ਮੈਨੂੰ ਆਏ ਸੀ ਗਾਲੀ ਗਲੋਚ ਜਾਂ ਲੈਟਰ ਪੱਟਰ ਜੋ ਅਸੀਂ ਵਿਖਾਉਣੇ ਰਹਿੰਦੇ ਰੋਸਟਾਂ 'ਚ, ਉਹ ਤਾਂ ਠੀਕ ਆ ਪਰ ਰੋਮਾਂਚਕ ਪ੍ਰੋਗਰਾਮ ਨੋਰਮਲ ਹੁੰਦੇ ਆ। ਮੇਰਾ ਕਿੱਤਾ ਜੇ ਨਾ ਵੀ ਪਾਊਂਗਾ ਤਾਂ ਕੋਈ ਫਰਕ ਨਹੀਂ ਪੈਣਾ, ਰੱਬ ਨੇ ਇਹਦੇ ਨਾਲ ਨਹੀਂ ਖੁਸ਼ ਹੋਣਾ, ਰੱਬ ਨੇ ਪਾਠ ਕਰਨ ਨਾਲ ਖੁਸ਼ ਹੋਣਾ। ਡਿਫਰੈਂਟ ਡਿਫਰੈਂਟ ਸੋਚ ਆ, ਪਿਛਲੇ ਸਾਲ ਮੈਂ ਕੁਛ ਵੀ ਨਹੀਂ ਪਾਇਆ ਸੀ ਵੈਸੇ। ਸੋ ਸਾਰਿਆਂ ਨੂੰ ਬੇਨਤੀ ਆ, ਸਾਰੇ ਜਣੇ ਪਾਠ ਜ਼ਰੂਰ ਕਰਿਓ ਆਹ ਦਿਨਾਂ 'ਚ। ਵੈਸੇ ਤਾਂ ਜਿਹੜੇ ਡੇਲੀ ਕਰਦੇ ਉਹ ਵੀ ਕਰਿਓ ਪਰ ਹੋਰ ਕਰਿਓ। ਸੋ ਆਓ ਰੋਮਾਂਚਕ ਪ੍ਰੋਗਰਾਮ ਸ਼ੁਰੂ ਕਰੀਏ ਗੁਰਲਾਲੀ ਬਾਵੇ ਦਾ। ਸੋ ਕਮੈਂਟਾਂ 'ਚ ਬਾਹਲਾ ਕੁਛ ਨਾ ਬੋਲਿਓ, ਬਸ ਤੂੰ ਵੋ ਹੈ, ਤੂੰ ਉਸਕਾ ਸਪੋਰਟਰ ਹੈ, ਯੇ ਹੈ ਵੋ ਹੈ, ਬਸ ਜੈ ਸ਼੍ਰੀ ਰਾਮ ਹੈ। ਚਲੋ ਸ਼ੁਰੂ ਕਰੀਏ। ਐਵੇਂ ਲੋਕ ਲੜਨ ਬਹਿ ਜਾਂਦੇ, ਮੈਨੂੰ ਸਮਝਦੇ ਧਰਮਾਂ ਪਿੱਛੇ ਲੜਾਈ ਕਿਉਂ ਕਰਦੇ ਇਹ, ਹੁੰਦਾ ਇੱਦਾਂ ਯਾਰ, ਨਹੀਂ ਬੋਲਣਾ ਚਾਹੀਦਾ। ਚਲੋ ਫਾਈਨਲੀ ਏਅਰਪੋਰਟ 'ਤੇ ਜਾਣ ਦੀ ਤਿਆਰੀ ਸ਼ੁਰੂ। ਫਾਈਨਲੀ ਟਿਕਟ, ਵੀਜ਼ਾ ਐਂਡ ਪਾਸਪੋਰਟ, ਏਅਰਪੋਰਟ 'ਤੇ ਜਾਣ ਦੀ ਤਿਆਰੀ ਸ਼ੁਰੂ। ਕੀ ਲਿਖੀ ਜਾਂਦਾ, ਅੰਨੀ ਦੇ ਏਅਰਪੋਰਟ 'ਤੇ ਪਹੁੰਚ ਵੀ ਗਿਆ। ਓ ਮਾਈ ਗੋਡ, ਤੂੰ ਤਾਂ ਇੱਥੇ ਠੰਡ ਵਾਲੇ ਕੱਪੜੇ ਪਾ ਲਏ, ਪ੍ਰੀਤ ਵਿਖ ਬਾਏ ਕਰਨ ਖੜੀ। ਇਹ ਕੀ ਵੋਟਾਂ ਪਵਾਈ ਜਾਂਦੀ ਇੱਧਰ ਕੇ, ਪੰਜਾ ਕਰੀ ਖੜੀ ਆ ਕੀ ਇਹ? ਚਲੋ ਪੈ ਗਈਆਂ ਵੋਟਾਂ ਸਰ, ਚਲੋ ਹੁਣ ਕੁਛ ਮਰਜ਼ੀ ਬੋਲੀਏ ਜਿਹੜੀ ਮਰਜ਼ੀ ਸਰਕਾਰ ਨੂੰ, ਹੁਣ ਤਾਂ ਵੋਟਾਂ ਪੈ ਗਈਆਂ। ਚੱਲ ਵੇਟ ਕਰੋ ਹੁਣ ਰਿਜ਼ਲਟ ਦੀ, ਕੌਣ ਜਿੱਦਾਂ ਵੇਖਦੇ ਹਾਂ। ਆਓ ਸ਼ੁਰੂ ਕਰੀਏ। ਅੱਛਾ ਏਅਰਪੋਰਟ ਪਹੁੰਚ ਗਿਆ, ਚੱਲ ਸ਼ੁਕਰ ਆ ਗਿਆ। ਫੋਨ ਦਾ ਮੈਂ ਕਾਰਡ ਗੁੱਡ ਪਵਾ ਲਈਏ ਤੇ ਕਵਰ ਕਵਰ ਪਵਾ ਲਈਏ। ਪਲਾਟਾ ਇਹਦਾ ਖੜਾ ਅੰਨੀ ਦਾ, ਚਾਹਦੇ ਨਾ ਰਸਤੇ ਤੇ ਮੈਂ ਦੱਸ ਕਾਰਡ ਪਵਾ ਲਾ ਪਹਿਲਾਂ। ਕਰਨ ਦੋ ਸਿੱਧੀ ਧੁੱਪ ਪੈਂਦੀ। ਅੱਛਾ ਹੋਰ ਟਿੱਡੀ ਪਿਆ ਕਰੇ, ਸੂਰਜ ਐਂ ਪਊਗਾ, ਹੋਰ ਸੂਰਜ ਕਵੇਂ ਮੈਂ ਪਾਵਾਂ ਇੱਧਰਲੇ ਪਾਸੇ ਦੀ ਪਾਵਾਂ। ਦੱਸ ਘਰ ਨੂੰ ਇਹ ਬਣਾਉਣਾ ਸਹੀ ਥਾਂ 'ਤੇ ਸੀ ਤੂੰ, ਪਲਾਟਾਂ ਇਹ ਤਾਂ ਬਣਾ ਲਿਆ, ਘਰਾਂ ਦੇ ਵਿੱਚ ਘਰ ਪਾਉਣਾ ਸੀ। ਪਲਾਟਾਂ 'ਚ ਮੈਂਗਾ ਧੁੱਪ ਸਿੱਧੀ ਪਊਗੀ। ਦੱਸ ਆਹ ਕੌਣ ਹੈ? ਘਰ ਤੋਂ ਦੇਖ ਸਿੱਧੀ ਧੁੱਪ ਕਿੱਥੋਂ ਚੰਡੀਗੜ੍ਹ ਆ ਹੋਣੀ ਆ। ਸੂਰਜ ਬਾਬਾ ਜੀ ਥੋੜ੍ਹੀ ਜਿਹੀ ਬ੍ਰਾਈਟਨੈਸ ਘੱਟ ਕਰ ਲਓ ਮਾੜੀ ਜਿਹੀ। ਉਹ ਆਖੂਗਾ ਤੂੰ ਆਪਦੇ ਲੱਛਣ ਸੁਧਾਰਨ ਨਹੀਂ ਦਿਆ, ਬ੍ਰਾਈਟਨੈਸ ਮੈਂ ਤਾਂ ਘਟਾ ਲੂੰਗਾ ਪਰ ਤੇਰੇ ਲੱਛਣ। ਓ ਮਾਈ ਗਾਡ ਬਾਵੇ, ਤੈਨੂੰ ਲੋਕ ਕਿੰਨੀਆਂ ਗਾਲਾਂ ਕੱਢਦੇ ਆ, ਮੈਨੂੰ ਲੱਗਿਆ ਮੈਂ ਕੱਲਾ ਰੋਮਾਂਚਕ ਬਣਾਉਣਾ। ਮੈਂ ਨੈੱਟ 'ਤੇ ਵੇਖਿਆ ਭਰਾਵਾ, ਲੋਕ ਤਾਂ ਬਹੁਤ ਲੋਕ ਗਾਲਾਂ ਕੱਢ ਵੀਡੀਓ ਬਣਾਉਂਦੇ ਆ ਗਾਲਾਂ ਕੱਢ ਕੱਢ ਕੇ ਤੈਨੂੰ, ਤੇਰਾ ਭਲਾ ਹੋ ਜੇ। ਥੋੜ੍ਹੀ ਜਿਹੀ ਘੱਟ ਕਰ ਲਓ ਮਾੜੀ ਜੀ, ਹੋ ਸਕਦੀ ਤੁਹਾਡੇ ਕੋਲ। ਕਹਿੰਦਾ ਹਾਂ ਮੈਂ ਤਾਂ ਫੁੱਲ ਦਊ, ਮੈਨੂੰ ਕਿਹੜਾ ਕੋਈ। ਸਰਦੀਆਂ 'ਚ ਗਾਲਾਂ ਕੱਢੀ ਜਾਣਗੇ, ਸੂਰਜ ਆਉਂਦਾ ਨਹੀਂ ਆਉਂਦੇ ਨੇ, ਗਰਮੀਆਂ 'ਚ ਆ ਜਾਏ ਤਾਂ ਲੋਕ ਗਾਲਾਂ ਕੱਢਦੇ। ਦੱਸ ਦੇ ਇੰਨਾ ਨਿਕਲਣ ਦਾ ਬੇੜਾ ਗਰਕ ਹੋ ਜੇ ਧਰਤੀ ਦਾ ਉੱਦਾਂ ਹੀ। ਸਰਦੀਆਂ 'ਚ ਵੇਖਿਆ ਸੀ ਨਾ ਜਦੋਂ ਨਵਾਂ ਸਾਲ ਚੜ੍ਹਿਆ ਸੀ, ਰੁੱਖ ਲਗਾਓ ਜਿੰਨੇ ਲਾ ਸਕਦੇ ਹੋ, ਜਿੰਨੇ ਲਾ ਸਕਦੇ ਹੋ ਉਨੇ ਰੁੱਖ ਲਾਓ ਭਰਾਵਾ, ਬਹੁਤ ਔਖਾ। ਮੈਂ ਵੀ ਲਾਣੇ ਆ, ਮੈਂ ਸੱਚੀ ਝੂਠ ਮਾਰਦਾ, ਸੱਚੀ ਝੂਠ ਮਾਰਦਾ, ਮੈਂ ਸੱਚੀ ਕਹਿੰਦਾ ਮੈਂ ਹਜੇ ਤੱਕ ਕੋਈ ਰੁੱਖ ਨਹੀਂ ਲਾਇਆ, ਪਰ ਮੈਂ ਲਾਉਣੇ ਆ ਹੁਣ, ਬਸ ਸ਼ੁਰੂ ਕਰਨੇ ਆਪਾਂ ਲਾਉਣੇ। ਆਪਾਂ ਜਨਤਾ ਇਕੱਠੀ ਕਰਾਂਗੇ, ਦੋ ਦੋ ਚਾਰ ਚਾਰ ਪੰਜ ਪੰਜ ਬੂਟੇ ਜਿੰਨੇ ਲੱਗਦੇ, ਮੈਂ ਤਾਂ ਘਰ ਦੇ ਬਾਹਰ ਵੀ ਲਾ ਦੇਣਾ ਹੁਣ, ਕੋਈ ਚੱਕਰ ਨਹੀਂ। ਬਿੱਲ ਆਉਂਦਾ, ਇੱਕ ਘਰ ਵੇਖਿਆ ਦਿੱਲੀ 'ਚ, ਮੈਂ ਉਹਨਾਂ ਦੇ ਘਰ ਦੇ ਸਾਰੇ ਬੂਟੇ ਬੂਟੇ ਸੀ ਹੋਏ ਸੀ, ਇਹਦੀ ਲੋੜ ਨਹੀਂ ਦਿੱਲੀ 'ਚ। ਮਹਾਰਾਜ ਕਿੱਥੋਂ ਆਉਂਦੀ ਆ, ਕਿ ਚੱਲਿਆ ਦਿੱਲੀ ਏਅਰਪੋਰਟ? ਓ ਮਾਈ ਗਾਡ, ਚਲੋ ਲੋ ਬਈ ਟੈਚੀ ਚੱਕ ਲੈ। ਪ੍ਰੀਤ ਦੀ ਮੰਮੀ ਆਈ ਸੀ ਮੈਨੂੰ ਮਿਲਣ, ਤੈਨੂੰ ਮਿਲਣ ਆਈ ਸੀ ਤੋਂ ਪਹਿਲਾਂ, ਚੱਲ ਹਣਾ ਮੈਂ ਤਾਂ ਮਿਲ ਲਿਆ। ਓ ਭਰਾਵਾ ਕਿਹੋ ਜਿਹੇ ਕਰਦੇ ਆ ਯਾਰ, ਇਹ ਵੀ ਨਾਰ ਲਾਏ ਹੋਏ, ਸਾਰੇ ਗੱਪ ਮਾਰਨ ਨੂੰ ਨਾਰ ਲਾਏ ਹੋਏ ਆ। ਜੇ ਤੂੰ ਜਾਣਾ ਜਾ ਵਲੌਗ ਪਾ ਦੇ। ਦੱਸ ਕੋਈ ਅਣ ਗਵਾਂਢ 'ਚ ਨਹੀਂ ਪੁੱਛਦਾ, ਆਂਟੀ ਨਹੀਂ ਪੁੱਛਦਾ ਕੀ ਤੁਹਾਡਾ ਜਵਾਈ ਗੱਪ ਛੱਡੀ ਜਾਂਦਾ ਹੈ ਨਾ ਮੈਨੂੰ। ਚੱਲ ਗੱਡੀ ਕਿੰਨੀ ਗਰਮ ਆ,
ਸਾਨੂੰ ਕੀ ਪਤਾ ਝਾਟੀ ਏਸੀ ਛੱਡਦਾ ਕਿੰਨੇ ਨੰਬਰ ਛੱਡਿਆ ਚੌਥੇ ਨੰਬਰ ਤੇ ਚੱਲ ਏਸੀ ਵੀ ਬਾਹਰ ਨਾ ਕਈਆਂ ਨੂੰ ਐਂ ਹੁੰਦਾ ਏਸੀ 3 ਤੇ ਛੱਡਦੇ ਏਸੀ 4 ਤੇ ਛੱਡਦੇ ਏਸੀ 2 ਤੇ ਛੱਡਦੇ ਠੰਡਾ ਉਹ ਕੱਲ ਏਸੀ ਦੀ ਕੂਲਿੰਗ ਉਨੀ ਹੁੰਦੀ ਆ ਬਲੋਰ ਹੁੰਦਾ ਕੱਲਾ ਤੇਜ਼ ਲੋ ਅੰਨੀ ਦੇ ਕਾਰਾਂ ਲੈ ਲੈਂਦੇ ਚਲਾਣੀਆਂ ਆਉਂਦੀਆਂ ਨੇ ਉਹ ਸਿਰਫ ਪੱਖੇ ਦੀ ਸਪੀਡ ਹੁੰਦੀ ਆ ਨਾ ਕਿ ਕੂਲਿੰਗ ਦੀ ਸਹੀ ਗੱਲ ਆ ਇਸ ਟਾਈਮ ਤਾਂ ਬਈ ਚੱਲੂ ਹੀ ਹੈ ਵੀ ਅੱਛਾ ਬਾਹਰ ਸਾਡੀ ਵੇਟ ਕਰ ਰਹੇ ਆ ਚੱਲ ਆ ਲਾਂ ਦੇ ਬਾਰੀ ਬੁਰੀ ਕਿਤੇ ਪਈ ਹੈ ਜਿਹੜੀ ਆਹੀ ਕੱਪੜੇ ਜਾਊਗੀ ਪ੍ਰੀਤ ਸਿੰਘ ਛੱਡਣ ਕੇ ਯਾਰ ਕਿੱਡਾ ਬੇਸ਼ਰਮ ਆਣਾ ਪਹਿਲਾਂ ਕਹਿੰਦਾ ਫਿਰ ਕਹਿੰਦਾ ਦੁਬਈ ਨਹੀਂ ਜਾਣਾ ਫਿਰ ਕਹਿੰਦਾ ਤੀਜੀ ਵਾਰੀ ਮੈਨੂੰ ਬਾਵੀ ਨੇ ਟਿਕਟ ਕਰਾਤੀ ਥੰਬਨੇਲ ਵੇਖਿਆ ਪਿੱਛੇ ਮੈਂ ਉਹ ਵੀ ਰੋਮਾਂਚਕ ਬਣਾਉਣਾ ਰੋਮਾਂਚਕ ਰਹਿ ਜਾਂਦੇ ਆ ਉੱਧਰ ਮੈਂ ਐਂਜਲ ਸ਼ਿਵ ਨੂੰ ਛੱਡਣ ਗਿਆ ਸੀਗਾ ਹੁਣ ਇੱਧਰ ਆਇਆ ਹਲੇ ਹੋਰ ਵੀ ਜਾਣਾ ਕਿਸੇ ਪਾਸੇ ਚਲੋ ਵਧੀਆ ਗੱਲਾਂ ਹੀ ਮਾਰਦੀਆਂ ਰਹਿੰਦੀਆਂ ਭਰਾਵਾ ਪੂਰੀ ਰਾਤ ਇਹਨਾਂ ਦੀ ਗੱਲਾਂ ਜੇ ਨਾ ਚੱਲ ਹੋਰ ਤੇਰੇ ਨਾਲ ਭਕਾਈ ਮਾਰ ਮਾਰ ਥੱਕ ਗਈ ਅਗਲੀ ਗੱਲਾਂ ਮਾਰੇਗੀ ਹੁਣ ਮੰਮੀ ਨਾਲ ਅੰਦਰੋਂ ਸਾਫ ਕੋਈ ਨਾ ਕਰ ਲਿਆ ਕਰੂੰਗਾ ਜੀ ਹੋਰ ਕੁਛ ਦੱਸ ਦੇ ਆਪਣੇ ਆਪ ਨੂੰ ਸਾਫ ਕਰ ਪਹਿਲਾਂ ਆਹ ਦੇਖੋ ਠੀਕ ਆ ਦਾਦੂ ਦਾ ਸਾਹਮਣੇ ਪੈ ਰਹੀ ਨਾ ਮਾਨੂੰ ਨਹੀਂ ਨਾ ਆ ਰਹੀ ਹੈ ਪਿਛਾਵਾ ਇੰਨੀ ਚੱਲ ਮਾਨੂੰ ਨੂੰ ਨਾਲ ਪਿਛਾਵਾ ਨਹੀਂ ਏ ਮੰਮੀ ਕੋਈ ਨਾ ਮੈਂ ਬੋਰ ਪ੍ਰੀਤ ਹੀ ਹੈ ਵੀ ਪ੍ਰੀਤ ਤਾਂ ਡਾਈ ਵਾਲਿਆਂ ਨੂੰ ਕਰਦਾ ਕਲੇਮ ਕਿ ਮਗਰ ਵੀ ਏਸੀ ਲਾ ਕੇ ਦੇਣਗੇ ਤੈਨੂੰ ਵੱਡਾ ਵੱਡੀ ਗੱਡੀ ਲੈ ਆਉਂਦੇ ਆ ਮਗਰ ਏਸੀ ਗੱਡੀਆਂ 'ਚ ਏਸੀ ਲਾ ਕੇ ਦੇਣਗੇ ਇੱਕ ਤਾਂ ਮੈਂ ਲੱਛਣ ਵਾਲੇ ਇਹਨਾਂ ਦਾ ਇਹਨਾਂ ਬਹੁਤ ਆਕੜ ਆ ਇਹਨਾਂ 'ਚ ਯਾਰ ਇਹਨਾਂ ਨੂੰ ਐਂ ਹੁੰਦਾ ਅਸੀਂ ਆਈਟਨ ਲੈ ਲਈ ਸਾਡੇ ਕੋਲ ਆਈਟਨ ਲੋਕ ਸਾਨੂੰ ਸੁਣਾ ਯਾਰ ਮੈਂ ਇੱਥੇ ਵੈਗਨਰ 'ਤੇ ਘੁੰਮਦਾ ਮੈਨੂੰ ਤਾਂ ਕੋਈ ਸੁਣਾਉਂਦਾ ਨਹੀਂ ਓਏ ਤੂੰ ਤਾਂ ਰੋਮਾਂਚਕ ਪਾਨਾ ਤੂੰ ਤਾਂ ਵੈਗਨਰ 'ਤੇ ਫਿਰਦਾ ਮੈਨੂੰ ਤਾਂ ਅੱਜ ਕਿਸੇ ਬੰਦੇ ਨੇ ਨਹੀਂ ਆਖਿਆ ਵੀ ਤੂੰ ਵੈਗਨਰ ਲਈ ਫਿਰਦਾ ਮੈਂ ਤਾਂ ਲੋਕਲ ਵਾਸਤੇ ਰੱਖੀ ਵੈਗਨਰ ਲੋਕ ਮੈਨੂੰ ਮਿਲਦੇ ਵੈਗਨਰ 'ਚ ਜਾਂ ਸਕੂਟਰ 'ਤੇ ਮਿਲਦੇ ਸਾਨੂੰ ਤਾਂ ਕੋਈ ਨਹੀਂ ਆਖਦਾ ਯਾਰ ਤੁਹਾਨੂੰ ਪਤਾ ਨਹੀਂ ਕਿਉਂ ਲੋਕ ਆਖ ਦਿੰਦੇ ਹੋ ਆਈਟਨ ਜੋਗੇ ਹੀ ਹੋ ਲੈ ਉਹ ਆਪ ਕੀ ਸਵਾਰੀ 'ਚ ਬੈਠੇ ਹੁੰਦੇ ਆ ਫਿਰ ਕੱਪੜੇ ਉਹ ਇਹਦੇ ਕੋਲੋਂ ਨਾ ਬੁਲਵਾਇਆ ਕਰ ਭਰਾਵਾ ਇਹ ਗੱਪ ਮਾਰ ਦਿੰਦੀ ਹੈ ਇਹਨੂੰ ਪਤਾ ਤਾਂ ਹੁੰਦਾ ਮੈਂ ਬੋਲਣਾ ਕੀ ਹੈ ਆਪਦੇ ਘਰੇ ਆ ਕੇ ਤਾਂ ਜਮਾਂ ਹੀ ਬੋਲ ਜਾਂਦੀ ਹੈ ਕੀ ਕਵਾਂ ਦਵਾ ਤੇ ਕੱਪੜੇ ਕਿ ਨਹੀਂ ਦਵਾਏ ਅੱਛਾ ਲੈ ਕੀ ਕਵਾਂ ਜੇ ਲਏ ਤਾਂ ਹਾਂ ਕਰ ਨਹੀਂ ਲਏ ਤਾਂ ਨਾ ਕਰ ਕੱਪੜੇ ਨਹੀਂ ਆਏ ਹਜੇ ਤੱਕ ਇਹਨੂੰ ਪਤਾ ਵੀ ਹੈ ਯਾਰ ਤੂੰ ਜਾਣ ਜਾਣ ਕੇ ਇੱਕੋ ਗੱਲ ਰੋ ਰੋ ਕਰਦੀਆਂ ਯਾਰ ਚੱਲ ਮਜ਼ਾਕ ਬਣਾਇਆ ਪਿਆ ਇੰਨਾ ਸੋਹਣਾ ਗਿਫਟ ਦਿੱਤਾ ਦੇਖਿਓ ਇੱਕ ਯਾਦ ਹੀ ਆ ਕੋਲੇ ਹੋਰੇ ਕੁਝ ਵੀ ਨਹੀਂ ਪੱਲੇ ਉਹ ਬਸ ਕਰ ਕੌਰਬੀ ਦੀ ਛੋਟੀ ਭੈਣ ਇਹੀ ਗਾਣਾ ਪੱਕਾ ਵੱਜਣਾ ਜਦੋਂ ਤੂੰ ਏਅਰਪੋਰਟ ਤੇ ਰੋਣਾ ਗਾਣਾ ਤਾਂ ਪਤਾ ਨਹੀਂ ਵੱਜਣਾ ਮੈਨੂੰ ਲਪੜਾ ਵੱਜਣਾ ਲੋਕਾਂ ਨੇ ਕਮੈਂਟਾਂ 'ਚ ਗਾਲਾਂ ਵੱਜਣੀਆਂ ਏਅਰਪੋਰਟ ਤੇ ਹੁਣ ਦੇਖੋ ਉਹ ਐਂਜਲ ਸ਼ਿਵਮ ਚੱਲ ਗਏ ਨਾ ਉਹਨਾਂ ਨੇ ਵਲੋਗ ਕਦੋਂ ਪਾਇਆ ਜਦੋਂ ਉੱਥੇ ਪਹੁੰਚ ਗਏ ਉਹ ਕਿੰਮੀ ਪਵਨ ਗਿਆ ਹੋਰ ਬਥੇਰੀ ਜਨਤਾ ਜਾਂਦੀ ਹੈ ਯਾਰ ਜਦੋਂ ਵੀਜ਼ੇ ਆਉਂਦੇ ਉਦੋਂ ਬਾਅਦ ਵੀਡੀਓ ਪੈਂਦੀ ਇਹਨਾਂ ਦੀਆਂ ਇਹ ਇੰਨੀ ਤਾਂ 15 ਦਿਨ ਪਹਿਲਾਂ ਹੀ ਜਗਰਾਤਾ ਸ਼ੁਰੂ ਕਰੀ ਖੜਾ ਆਪਦਾ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਨੇ ਉਦੋਂ ਆਵਾਜ਼ ਪਿੱਛੋਂ ਇਹੀ ਆਣੀ ਮੈਨੂੰ ਛੱਡ ਕੇ ਦੁਬਈ ਤੁਰ ਗਏ ਉਹ ਜਨ ਵੇ ਅੱਗੇ ਦੱਸ ਜਾਈ ਖੜਾ ਅੱਗੇ ਬਸ ਹੁਣ ਜਾਣੀ ਦੀ ਭੈਣ ਥੋੜੀ ਜੋੜੀ ਜਾਵੇ ਪਾੜੀਆਂ ਵਾਈਸ ਮੈਨੂੰ ਜਲਦੀ ਜਲਦੀ ਇੰਸਟਾ ਤੇ ਫੋਲੋ ਕਰੋ ਪ੍ਰੀਤ ਕਲੈਕਸ਼ਨ ਨੂੰ 2024 ਜਲਦੀ ਜਲਦੀ ਜਾ ਕੇ ਫੋਲੋ ਕਰੋ ਤੇ ਬੋਰੇ ਵਾਲਾ ਮਾਲ ਲਓ ਗਾਇਸ ਜਾਓ ਜਾ ਕੇ ਲੈ ਲਓ ਬੋਰੇ ਵਾਲਾ ਮਾਲ ਜਾਂ ਇਹਨਾਂ ਨੂੰ ਪਤਾ ਨਾ ਰੋਮਾਂਚਕ ਬਣੇਗਾ ਜਾਣ ਕੇ ਮੈਂ ਨਾਲ ਲੈ ਕੇ ਪ੍ਰਮੋਸ਼ਨ ਕਰਦਾ ਆਪਦੀ ਹੁਣ ਮੈਂ ਚੱਲਾ ਵਾ ਪਜਾਮੇ ਲੈਣ 2-3 ਇਹਦੇ ਕੋਲ ਲੈਣਾ ਬੁੜੀਆਂ ਵਾਲੇ ਬੰਦੇ ਲਿਆ ਤੇ ਪੈਸੇ ਖਾ ਦਿਮਾਗ ਨਾ ਖਰਾਬ ਕਰੀ ਇਸ ਵਾਰ ਟਿਕਟ ਵੀ ਤੂੰ ਕਰਾ ਕੇ ਦਿੱਤੀ ਆ ਮੈਂ ਨਹੀਂ ਓਏ ਇਹਦੇ ਕੀ ਚਰਖੇ ਚੱਲਦੇ ਆ ਇਹ ਕਿੱਥੋਂ ਟਿਕਟ ਕਰਾ ਦੂਗੀ ਤੈਨੂੰ
ਟਿਕਟ ਵੀ ਤੂੰ ਕਰਾ ਕੇ ਦਿੱਤੀ। ਇਹ ਆਪਦੇ ਜਣੇ ਨਾ ਫੁਕਰੀ ਬਹੁਤ ਮਾਰਦੇ, ਇਹਨਾਂ ਨੂੰ ਆਏ ਅਸੀਂ ਬਹੁਤ ਲੈ ਸਾਡੇ ਪਿੰਡ ਵਾਲਿਆਂ ਨੂੰ ਪਤਾ ਸਿਰਫ ਬਾਕੀਆਂ ਨੂੰ ਥੋੜ੍ਹੀ ਪਤਾ। ਟਿਕਟ ਮੈਨੂੰ ਪ੍ਰੀਤ ਨੇ ਕਰਾਤੀ ਹੈ, ਮੇਰੀ ਕਾਰ ਨੇ ਕਿਸ਼ਤਾਂ ਪ੍ਰੀਤ ਭਰਦੀ ਹੈ, ਅਤੇ ਤੂੰ ਕਿਸ਼ਟਿੰਗਾਂ ਪਿੰਨਾਂ ਲਿਆ ਕੇ ਆਪਦੇ ਪੈਸੇ ਦੀਆਂ ਇੰਨੀ ਲਿਆ ਪ੍ਰੀਤ। ਤੂੰ ਇੱਥੇ ਹੀ ਇਕੱਲੀ ਨੇ ਰਹਿ ਜਾਣਾ, ਤੂੰ ਛੱਡਣ ਵਾਲਾ ਇਕੱਲੀ। ਪ੍ਰੀਤ ਸੱਚੀ ਮੈਨੂੰ ਮਿਸ ਕਰ ਰਿਹਾ, ਯਾਰ ਜਾਨ 10 ਫੋਨ ਲਾ ਲੈਣਾ ਮਗਰ। ਉਹ ਖੇਡ ਰਹੀ ਆ, ਨਹੀਂ ਉਹ ਆਈਸਕ੍ਰੀਮ ਖਾਂਦੀ ਵੀ ਦੇਖੋ ਬੋਲੀ ਜਾਂਦੇ, ਪਤਾ ਨਹੀਂ ਕੀ ਕੀਤਾ ਉਹਨੇ ਬਾਹਰ। ਤੇਰੀ ਕੁੜੀ ਨੇ ਸਾਰੀ ਕੁਲਫੀ ਖਾ ਖਾ ਕੇ ਥੱਲੇ ਸੱਟਤੀ, ਮੂੰਹ ਲਪੇਟ ਲਿਆ ਸਾਰਾ। ਹੁਣ ਮੈਂ ਕੋਲੀ ਦੇ ਕੇ ਆਇਆ ਵਾਂ, ਮੈਂ ਕਿਹਾ ਚਿੰਨਾ ਜੋ ਖਾ ਲੂਗੀ ਮੈਨੂੰ ਦੱਸ ਦੀ, ਮੈਂ ਮੂੰਹ ਧੋ ਦੂੰਗਾ ਦੇਖ ਲਾ। ਨਹੀਂ ਗਰਮੀ ਹੈ, ਤੂੰ ਕਰਨਾ ਕੁਛ ਨਹੀਂ ਆ, ਥੋੜੇ ਬਾਹਰ ਰੱਖ ਕੇ ਕਵਾ ਦੇ, ਰਪਿੰਗ ਨਹੀਂ ਪਿਆ ਦਿਆ ਕਰੋ। ਇਹ ਕਿਸੇ ਦੀ ਨਹੀਂ ਕਰਦੀ, ਸਵੇਰ ਤੇ ਆਪ ਦੀ ਨਹੀਂ ਕਰਦੀ। ਕਿੰਨੇ ਉਹਨੂੰ ਪੋਟੀ ਕਿੰਨੇ ਵਾਰ ਕੀਤੀ ਆ ਤੇ ਕਿੰਨੇ ਧੋਤੀ? ਮੈਂ ਪੋਟੀ ਕੀਤੀ ਧੋਤੀ ਨੂੰ ਕੇਅਰ ਕਰ ਜੰਮਿਆ ਵੀ ਤੁਸੀਂ ਜਾਂ ਹੋਰ ਕੀ, ਬਾਹਰੋਂ ਕੋਈ ਤੁਹਾਡਾ ਰਿਸ਼ਤੇਦਾਰ ਆ ਕੇ ਧੋਵੇ ਦੱਸ ਲੈ ਪੋਟੀ ਕੀਤੀ ਕਿੰਨੇ ਵਾਰੀ ਧੋਤੀ ਦੱਸ, ਕੀ ਬੋਲੀ ਇੰਨੀ ਹੈ। ਪੰਪ ਲਵਾ ਦਿਓ ਘਰੇ ਫੁਵਾਰਾ, ਆਪੇ ਧੋਤੀ ਜਾ। ਦੋ ਵਾਰ ਤਾਂ ਮੈਂ ਧੋਤੀ, ਬਸ ਮੈਨੂੰ ਰਾਤ ਦਾ ਨਹੀਂ ਸਮਝ ਆਉਂਦਾ, ਮੈਨੂੰ ਦਿਨ ਨੂੰ ਤਾਂ ਮੈਂ ਸਾਂਭ, ਰਾਤ ਨੂੰ ਕੌਣ ਸਾਂਭਦਾ? ਸਾਂਭਣਾ ਕੀ ਹੁੰਦਾ ਰਾਤ ਨੂੰ, ਇੱਕ ਵਾਰੀ ਬਾਥਰੂਮ ਚੜਾਣਾ ਹੁੰਦਾ ਬਸ। ਰਾਤ ਨੂੰ ਜਿਹੜਾ ਦਿਨੇ ਬੰਦਾ ਉੱਠਿਆ ਹੁੰਦਾ ਨਾ ਉਹਨੂੰ ਉਹ ਸਹੀ ਲੱਗਦਾ ਵਾ, ਜਿਹੜਾ ਬੰਦਾ ਰਾਤ ਨੂੰ ਨੀਂਦ ਚ ਉੱਠ ਕੇ ਕਰ ਬੰਦਾ ਖਾਣੇ ਮਾਂਜਦਾ ਹੋਵੇ, ਬੱਚਾ ਕਹਿ ਰਿਹਾ ਵੀ ਮੰਮੀ ਮੈਨੂੰ ਪੋਟੀ ਆਈ ਹੈ, ਚੱਲ ਤੇ ਵਿੱਚੇ ਸਰ ਫੋਸ ਜਿਹੜਾ ਬੱਚਾ ਬੰਦਾ ਰੋਟੀ ਖਾਣ ਲੱਗੇ ਮੰਮੀ ਮੈਨੂੰ ਪੋਟੀ ਆਈ ਹੈ, ਚੱਲ ਪਹਿਲਾਂ ਸਵਾਦ ਛੱਡ ਕੇ ਫਿਰ ਜਦੋਂ ਬੱਚਾ ਕਹਿ ਰਿਹਾ ਵੀ ਮੰਮੀ ਮੈਂ ਨਹਾਣਾ ਵਾ ਫਿਰ ਸਾਰਾ ਰੋਕੇ ਨੂੰ ਆਦੀ ਛੱਡ ਕੇ ਚੱਲ ਪਹਿਲਾਂ ਇਹਨੂੰ ਨਵਾ ਕੇ ਫਿਰ ਐਡਾ ਕੱਡਾ ਜ਼ਰੂਰੀ ਕੰਮ ਹੈ ਰੋਕੇ ਨਵਾ ਦੀ ਲੈ ਪੋਟੀ ਆਈ ਤਾਂ ਬੰਦਾ ਆਖ ਦਿੰਦਾ ਯਾਰ ਪੋਟੀ ਆਈ ਜਵਾਕ ਨੂੰ ਕਰਾ ਲਿਆ ਉਹ ਲੈ। ਇਹ ਕੋਈ ਨੌਨਸੈਂਸ ਟੋਕ ਹੈ, ਗੱਲ ਕਰਨ ਵਾਲੀ ਹੈ ਕੋਈ ਦੱਸ ਲੈ, ਤੁਸੀਂ ਜੰਮਿਆ ਜਵਾਕ ਤੁਸੀਂ ਕਰਨਾ, ਵੇਚ ਲੈਂਦੀ ਪੈਟੀਆਂ ਉਦੋਂ ਕੀ ਕਾਹਲੀ ਪਈ ਸੀ ਜੰਮਣ ਦੀ। ਹੈ 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 ਹੋਰ ਫਿਰ ਜਦੋਂ ਕੋਈ ਨਾ ਕੋਈ ਖਲਾਰਾ ਹੀ ਪਾਈ ਰੱਖਦੀ, ਖਲਾ ਮੰਮੀ ਕਹਿੰਦੀ ਇੰਨਾ ਖਲਾਰਾ ਖੁੰਦੀ ਤੇ ਕਦੀ ਕੋਈ ਖੜੋਣਾ ਕਦੀ ਕੋਈ ਖੜੋਣਾ ਕਦੀ ਕੋਈ, ਤੁਹਾਡੇ ਘਰੇ ਕਿਹੜਾ ਕੋਈ ਆਉਂਦਾ? ਆਪਣੀ ਅਲਮਾਰੀ ਦੇ ਵਿੱਚੋਂ ਟੋਕਰੀ ਕੱਢ ਕੱਢ ਕੇ ਆਪਣੇ ਕੜੇ ਕੱਢ ਕੱਢ ਕੇ ਪਾਈ ਜਾਂਦੀ ਲਾਈ ਜਾਂਦੀ, ਬੂਟ ਕੱਢ ਕੇ ਪਾਈ ਜਾਂਦੀ ਲਾਈ ਜਾਂਦੀ, ਉਹ ਕੌਣ ਦੇਖਦਾ? ਇਹ ਵੀ ਕੰਮਾਂ 'ਚੋਂ ਕੰਮ ਹੈ ਕੋਈ? ਠੀਕ ਹੈ ਮਾਵਾਂ ਜਵਾਕਾਂ ਨੂੰ ਸਾਂਭਦੀਆਂ, ਪਰ ਹੋਰ ਤੁਸੀਂ ਕਰਨਾ ਕੀ ਹੈ? ਅੱਧੇ ਘੰਟੇ 'ਚ ਤੁਹਾਡਾ ਵਲੋਗ ਬਣ ਜਾਂਦਾ, ਮਾਰਨੀ ਤਾਂ ਇੱਕ ਥਾਂ 'ਤੇ ਬਹਿ ਕੇ ਕੁੱਤੇ ਪਕਾਈ ਹੁੰਦੀ ਤੁਸੀਂ। ਏਅਰਪੋਰਟ 'ਤੇ ਜਾਣ ਦੀ ਤਿਆਰੀ ਸ਼ੁਰੂ, ਕੀ ਕੂਲਰ 'ਚ ਪਾਣੀ ਪਾਇਆ ਤਿਆਰੀ ਨੂੰ? ਰਾਤੀ ਪਤਾ ਇਹਨੇ ਕੀ ਕੀਤਾ ਤੁਹਾਨੂੰ ਮੈਂ ਦੱਸਦਾ, ਇਹ ਸਾਰੇ ਸੁੱਤੇ ਸੀਗੇ ਹੈ ਨਾ, ਤੇ ਇਹ ਵਿਚਾਰੀ ਉੱਠੀ ਪਹਿਲਾਂ ਮੈਨੂੰ ਉਹਨੇ ਕਿਹਾ ਪਾਪਾ 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 ਹੈ ਨਾ, ਮੈਂ ਨੀਂਦ 'ਚ ਸੀਗਾ, ਮੈਂ ਕੱਚੀ ਨੀਂਦ 'ਚ ਛਾਲੀ, ਮੈਂ ਫੋਨ ਆ ਕੇ ਸੁੱਤਾ ਹੀ ਲੰਮੇ ਪਿਆ ਸੀਗਾ, ਪਾਪਾ 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 ਇਹਨਾਂ ਵਿੱਚ। ਇੱਕ ਵਜੇ ਤੱਕ ਕੀ ਕਰਦਾ ਸੀ ਓਏ ਤੂੰ? ਵਲੌਗ ਤੇਰਾ 6-7 ਵਜੇ ਆ ਜਾਂਦਾ, ਸ਼ਾਮ ਨੂੰ 8-10 ਵਜੇ ਪਤਾ ਜਿੰਨੇ ਵੀ ਮਰਜ਼ੀ, 1 ਵਜੇ ਤੱਕ ਹੀ ਬਹਿ ਜਾਈ ਵੇਖਦਾ ਆਪਦੀ ਜਿਹੜੀ ਲੋਕ ਕਰਦੇ ਆ। ਨੀਂਦ ਉੱਦਾਂ ਵੀ ਕੱਚੀ ਆਉਂਦੀ ਹੁਣ ਤਾਂ ਮੈਨੂੰ, ਕਿਉਂਕਿ ਹੁਣ ਰੋਮਾਂਚਕ ਨਹੀਂ ਆਉਂਦਾ, ਹੁਣ ਹੋਰ ਵੀ ਬਹੁਤ ਲੋਕ ਗਾਲਾਂ ਕੱਢਣ ਲੱਗ ਗਏ। ਚੱਲ ਬੱਚਰ ਮਜ਼ੇ ਆ, ਕਿੰਨਾ ਕੁ ਚਿਰ ਦੁਬਈ ਵਾਲੇ ਪਾਲੇਂਗਾ ਗੱਪ, ਕਿੰਨਾ ਕੁ ਚਿਰ ਪਾਲੇਂਗਾ, 8 ਦਿਨ ਪਾਲੇਂਗਾ, 10 ਦਿਨ ਪਾਲੇਂਗਾ, ਆਖਰ 1 ਦਿਨ ਤਾਂ ਕਹੀਂ ਗਈ ਮੈਂ ਨਹੀਂ ਜਾਂਦੇ, ਬਹਾਨਾ ਸੋਚ ਲਾ ਬਹੁਤ ਤਕੜਾ। ਨਹੀਂ ਬਾਹਰ ਦਰਵਾਜ਼ੇ ਦੇ ਕੋਲ ਕਰਤਾ ਇਹਨੇ, ਮੈਂ ਫਟਾਫਟ ਦੇਖਿਆ ਕਿਰਤ ਕਿਰਤ ਕਿਤੇ ਕਿਰਤ ਉੱਥੇ ਬੈਠ ਕੇ ਬਾਥਰੂਮ ਕਰ ਰਹੀ ਆ, ਮੈਂ ਫਟਾਫਟ ਮਾੜੀ ਜਿਹੀ ਨਿੱਕਰ ਵੀ ਗਿੱਲੀ ਹੋ ਗਈ, ਉਹਨੇ ਕੋਲ ਨੀਂਦ 'ਚ ਸੀਗੀ, ਉਹ ਨਿੱਕਰ ਵੀ ਗਿੱਲੀ ਹੋ ਗਈ ਸਾਰੀ ਉਹਦੇ ਕੋਲ, ਅਤੇ ਫਟਾਫਟ ਮੈਂ ਨਿੱਕਰ ਚੇਂਜ ਕੀਤੀ, ਮੈਂ ਕਿਹਾ ਠੰਡ ਨਾ ਲੱਗ ਜੇ ਇਹਨੂੰ, ਨਿੱਕਰ ਨੁੱਕਰ ਚੇਂਜ ਕਰਕੇ, ਨਿੱਕਰ ਚੇਂਜ ਕਰਕੇ ਦੁਬਾਰਾ, ਅਤੇ ਹੱਥ ਪੈਰ ਉਹਦੇ ਧੋ ਕੇ ਫਿਰ ਨਿੱਕਰ ਨੁੱਕਰ ਚੇਂਜ ਕਰਕੇ, ਨਿੱਕਰ ਚੇਂਜ ਕਰਕੇ, ਨਿੱਕਰ ਨੁੱਕਰ ਚੇਂਜ ਕਰਕੇ ਦੁਬਾਰਾ, ਕੀ ਬੋਲੀ ਜਾਂਦਾ ਯਾਰ। ਸਾਡੇ ਵੀ ਰਿਸ਼ਤੇਦਾਰਾਂ ਦਾ ਜਵਾਕ ਆ ਛੋਟਾ ਜਿਹਾ, ਉਹ ਹੈਗਾ ਕੋਈ 7-8 ਸਾਲ ਦਾ,
ਐਡਾ ਕੀ ਹੈ, ਅਤੇ ਉਹਨੂੰ ਨਹਾ ਦਿੱਤਾ ਰਾਤ ਨੂੰ, ਜਦੋਂ ਉਹਨੂੰ ਬਾਥਰੂਮ ਆਉਂਦਾ ਰਾਤ ਨੂੰ ਨੀਂਦ 'ਚ ਉੱਠ ਕੇ ਚੱਲ ਜਾਂਦਾ ਬਾਥਰੂਮ ਕਰਨ, ਅਤੇ ਉਹਨੇ ਕਿਹੜਾ ਫਲੈਸ਼ ਕਰਨਾ ਹੁੰਦਾ ਬਾਥਰੂਮ 'ਚ, ਉੱਥੇ ਥੱਲੇ ਕਰਿਆ ਹੁੰਦਾ ਬਾਥਰੂਮ, ਹੈ ਨਾ, ਜਾਂ ਉਹਨੂੰ ਪਤਾ ਇਸ ਚੁੰਡ 'ਚ ਕਰਨਾ, ਇਸ ਚੁੰਡ 'ਚ ਉਹ ਪੈਪ ਆ ਮੋਰਾ ਹੈਗਾ, ਹੈ ਨਾ, ਉੱਥੇ ਕਰਿਆ ਹੁੰਦਾ ਵਿਚਾਰਾ, ਆ ਕੇ ਫਿਰ ਪੈ ਜਾਂਦਾ ਨੀਂਦ 'ਚ ਕਰਿਆ ਜਾਂਦਾ ਸੀਗਾ। ਉਹਨਾਂ ਨੇ ਨਾ ਘਰ ਚੇਂਜ ਕਰ ਲਿਆ, ਉਹ ਅੱਗੇ ਰੂਮ ਦੇ ਨਾਲ ਅਟੈਚ ਵਾਸ਼ਰੂਮ ਸੀਗਾ, ਅਤੇ ਫਿਰ ਉਹਨਾਂ ਦੇ ਰੂਮ ਦੇ ਨਾਲ ਅਟੈਚ ਇੱਕ ਹੋਰ ਅੱਗੇ ਰੂਮ ਸੀਗਾ, ਉਹ ਮਾਂ ਦਾ ਪਤ ਕਰਦੇ ਇੱਧਰ ਰੂਮ 'ਚ ਉੱਠਦਾ, ਰਾਤੀ ਨੀਂਦ ਜਾ ਕੇ ਦੂਜੇ ਬੋਰਰੂਮ 'ਚ ਬਾਥਰੂਮ ਕਰਿਆ ਜਾਂਦਾ ਸੀ। ਬਹੁਤ ਔਖਾ ਹਟਾਇਆ ਰਾਵਾ ਉਹਦੇ ਘਰ ਦੇ, ਕਹਿੰਦੇ ਪਤਾ ਨਹੀਂ ਲੱਗਦਾ ਕਿਹੜੇ ਵੀ ਉੱਠ ਕੇ ਚੱਲ ਜਾਂਦਾ ਆਪੇ ਹੀ, ਹੁੰਦੀ ਹੈ ਇੱਦਾਂ ਦੀ ਜਵਾਕ ਨੀ, ਇੰਝ ਹੀ ਹੁੰਦਾ ਜਾ ਕੇ ਦੂਜੇ ਰੂਮ 'ਚ ਮੂਸੇ। ਕੀ ਨਸ਼ਾ ਕਰਕੇ ਸੌਂਦੀ ਹੈ ਇਹ, ਇਹਨੂੰ ਪਤਾ ਨੀ ਜਵਾਕ ਕਿੱਥੇ ਪਿਆ ਰਾਤ ਨੂੰ ਇਹਦਾ, ਭਰਾਵਾ ਇਹ ਕੀ ਹਾਲੇ, ਕਹਿੰਦੀ ਮੈਂ ਜਵਾਕ ਸਾਂਭਦੀ ਹਾਂ, ਮੇਰੇ ਵੱਲ ਪਈ ਸੀ ਕਿ ਤੁਹਾਡੇ ਵੱਲ, ਐਡਾ ਤਾਂ ਪਾਸਾ ਵੀ ਨੀ ਲੈਂਦੀ ਵੀ ਬਾਵੇ ਦੇ ਉੱਤੋਂ ਦੇ ਟੱਪ ਕੇ ਪਰਲੇ ਪਾਸੇ ਚੱਲ ਜੂਗੀ, ਇੰਨੀ ਵੀ ਕਿਤੋਂ ਹੈ ਨੀ ਗੀ। ਬੜੀ ਲੰਬੀ ਉਮਰ ਤੇ ਆ ਗਈ ਵਿਚਾਰੀ। ਚੱਲ ਅੱਛਾ ਇਹ ਆਪੇ ਧੋ ਲੈਂਦੀ ਆ ਹੁਣ, ਚੱਲ ਕੀ ਹੱਥੋਂ ਚੱਲੀ ਹੈ, ਬੜੀ ਬੇਇੱਜ਼ਤੀ ਹੋ ਗਈ ਹੈ, ਬਲਾਕ ਬਣਾਣਾ ਜ਼ਰੂਰੀ, ਜਵਾਕ ਨੂੰ ਹੱਥ ਨਹੀਂ ਧਵਾ ਸਕਦੇ। ਚੜ ਗਈ, ਦੱਸ ਲੈ ਡਿੱਗ ਜੇ ਕਰਜੇ ਉਹੀ ਭਰਾਵਾ, ਬਹੁਤ ਗਲਤ ਹੈ ਇਹ, ਜਿਵੇਂ ਜਵਾਕ ਹੱਥ ਹੋ ਜਾਂਦਾ, ਕੁਰਸੀ ਪਲਾਸਟਿਕ ਦੀ ਆ ਉਹੀ ਰੜ ਜਾਂਦੀ ਪਿੱਛੇ, ਉਹ ਤਾਂ ਸਟੂਲ ਫੱਟੀ 'ਤੇ ਚੜਿਆ ਹੋਵੇ ਫਿਰ ਵੀ ਠੀਕ ਹੈ, ਅੰਨੀ ਦਾ ਬੈਠਾ ਝਾਕੀ ਜਾਂਦਾ ਉੱਥੇ, ਬੇਸ਼ਰਮ ਬਲੌਗਰ ਹੀ ਹੈ ਵੈਸੇ, ਸਹੀ ਦੱਸਦਾ। ਚੱਲ ਚੰਗੀ ਤਰ੍ਹਾਂ ਘੱਟ ਨਹੀਂ ਪਾਉਂਦਾ ਹੁਣ, ਫਲੈਸ਼ਾਂ ਪਾਉਂਦਾ ਆਪਦੇ ਵਲੌਗਾਂ 'ਚ, ਲਾਡੋ ਜੀ। ਚੱਲ ਹੋ ਗਿਆ, ਹੋ ਗਿਆ ਮੇਰੀ ਮਾਂ, ਹੋ ਗਿਆ ਥੱਲੇ ਧਿਆਨ ਆ ਉਤਨੀ ਪੈਟੀਆਂ ਚਾਲੂ ਕੱਢ ਲੈਂਦੀ ਸੀ ਬੇਕਰੀ 'ਚ, ਇਲਤੀ ਹੁੰਦੀ ਤਾਂ ਬੇਕਰੀਆਂ ਦੇ ਕੰਮ ਕਰਨਾ ਸੀਗਾ। ਚੱਲ ਨਹਿਰ 'ਚ ਛਾਲ ਮਾਰ ਦੇਣੀ, ਇਹ ਕੀ ਗੱਲ, ਇਲਤੀ ਤਾਂ ਤੁਸੀਂ ਗੀ, ਉਹ ਵੀ ਸੀ ਗੱਲ ਹੈ ਜੀ, ਇਲਤੀ ਨਾ ਹੁੰਦੀ ਤੇ ਰਿਲਾ ਮੇਰੀ ਥੋੜ੍ਹੀ ਹੁੰਦੀ, ਲੈ ਬੈਕਰੀ 'ਤੇ ਆਲੂ ਘੱਟ ਲਿਸ਼ ਕੇ ਜ਼ਿਆਦਾ ਚੱਲਦਾ ਸੀ, ਗੈਸਟਿੰਗ ਲੈਣ ਆਏ ਪੈਟੀਸ ਦੇਵਾਂਗੀ, ਪਨੀਰ ਵਾਲੀ ਪਈ ਆ ਉਹ ਕੱਲ ਬਈ ਦੇ ਦਿਓ, ਇਹਨੂੰ ਕਿਹੜਾ ਪਤਾ ਲੱਗਦਾ ਅੰਨੀ ਦੇ ਨੂੰ ਤੈਰ ਲੈ ਆਉਂਦਾ, ਤੁਹਾਡੀ ਭੈਣ ਤੁਹਾਡੀ ਭੈਣ ਨੂੰ ਕੀ ਗਾਣਾ ਕੱਢੀ ਦਾ ਬੰਗਾ, ਕੀ ਬਾਤਾਂ ਬਈ, ਵੱਡੇ ਨਾਨਾ ਹੁਣ ਕਹਿੰਦੇ ਸੀ ਕਿ ਭਰਾਵਾ ਬਹੁਤ ਪਛਾਣਦਾ
ਤੁਸੀਂ ਨਾ ਮਾਈਕ ਲਓ ਜਾਂ ਕੋਈ ਥੋੜ੍ਹਾ ਉੱਚੀ ਬੋਲਿਆ ਕਰੋ, ਕੂਲਰ ਦੇ ਮੂਹਰੇ ਬੈਠੀ ਬੋਲੀ ਜਾਂਦੀ, ਸਮਝ ਤਾਂ ਆਉਂਦੀ ਨਹੀਂ, ਪਿਛਲੇ ਰੋਮਾਂਚਿਕ ਬਣਾਇਆ ਉਹਦੇ ਸਮਝ ਨਹੀਂ ਆਈ ਜਾਂਦੀ ਸੀ ਕੀ ਕਰਦੀ ਆ, ਪਤਾ ਨਹੀਂ ਕੀ ਐਕਸਪੋਜ਼ ਕਰ ਦੇਣਾ ਬਾਵੇ ਨੂੰ, ਉਹ ਕਰ ਦੇਣਾ ਮੰਗੀ ਸੂਟ ਜਾਂਦੀ 8000 ਦਾ, ਦੱਸ ਕਿੱਥੇ ਜਾਣ, ਏਅਰਪੋਰਟ 'ਤੇ ਜਾਣਾ ਤਾਂ ਨਹੀਂ ਕਿਤੇ 8000 ਸੂਟ ਪਾ ਕੇ, ਮੈਂ ਛੱਡਣ ਚੱਲੀ ਹਾਂ, ਅੰਨੀ ਦਿਨ ਫੋਟੋ ਵੇਖ ਲਾਈ ਥੰਬਨੇਲ 'ਚ ਏਅਰਪੋਰਟ ਦੀ, ਉੱਥੇ ਹੀ ਖੜ੍ਹਾ, ਸ਼ੁਕਰ ਹੈ ਸ਼ੀਸ਼ਿਆਂ 'ਚ ਨਹੀਂ ਬੈਠਾ ਜੀ, ਜ਼ਿੰਦਗੀ ਘੈਂਟ ਹੁੰਦੀ ਸੀ ਪਰ ਕਿਰਤ ਤਾਂ ਆਪਣੀ ਸੱਚੀ ਬੜੀ ਦਿੰਦੀ ਆ, ਬੜੀ ਬਹੁਤ ਜ਼ਿਆਦਾ ਹੋਏ 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 ਇੱਥੇ ਬੈਠਾ ਰਹੇਗਾ, ਅੰਨੀ ਦਾ ਬੋਲ ਲੈ ਕੁਛ ਕਰਨਾ ਤਾਂ, ਕਦੀ ਇਹਨੂੰ ਕੁਲਫੀਆਂ ਚਾਹੀਦੀਆਂ, ਕਦੀ ਇਹਨੂੰ ਖਿਡੌਣੇ ਚਾਹੀਦੇ ਆ, ਕਮਾਨਾ ਕਿਹਦੇ ਲਈ ਆ, ਚੱਲ ਵੀ ਮਿੱਤਰੋ ਕੋਈ ਚੱਕਰ ਨੀ, 4 ਤਰੀਕ ਕਿਹੜਾ ਦੂਰ ਆ, 2-4 ਦਿਨਾਂ ਦੀ ਖੇਡ ਆ, ਤੂੰ ਜਾ ਤਾਂ ਸਰੀ ਉਧਰ ਰਿਜ਼ਲਟ ਆਣਾ ਵੋਟਾਂ ਹੋ ਗਈ, ਪਤਾ ਨਹੀਂ ਕੱਤੀਆਂ ਦੇ ਮਹੀਨਾ, ਪਤਾ ਨਹੀਂ ਕਿੰਨਾ ਮਹੀਨਾ, 4 ਤਰੀਕ ਦੀ ਟਿਕਟ ਆਪਣੀ ਤੇ ਇਸ ਵਾਰ ਖੁਦ ਇਹਨਾਂ ਨੇ ਕਰਵਾਈ ਆ, ਤੇ ਮੈਂ ਫਾਈਨਲੀ ਜਾ ਰਿਹਾ ਗਾਈਸ, ਪੱਕਾ ਹੋ ਗਿਆ, ਨਿਕਲ ਹੋ ਗਿਆ ਵਾ, ਤੇ ਨਾਲੇ ਜਿਹੜੇ ਬੋਲ ਰਹੇ ਸੀ ਉਹਨਾਂ ਦਾ ਵੀ ਦੀਵਾ ਮਿਲ ਜੂਗਾ ਇਸ ਵਾਰੀ, ਅਸੀਂ ਤਾਂ ਭਰਾਵਾ ਡੀਕਦੇ ਆ, ਸਾਡੀ ਹਿੱਕ ਤੇ ਦੀਵਾ ਬਾਲੇ ਤੂੰ, ਅਸੀਂ ਉਹੀ ਬਲਦਾ ਦੀਵਾ ਚੱਕ ਕੇ ਤੇਰੇ ਮਾਰਨਾ ਭਾਵੇਂ ਬਾਲੀ ਜਾਵੇ, ਜਵਾਬ ਮਿਲ ਜੂਗਾ, ਓ ਯਾਰ ਅਸੀਂ ਕਿ ਜੈਲਸੀ ਕਰਦੇ ਹਾਂ, ਜਾ ਪਰ ਕੁੱਤੇ ਭਕਾਈ ਤਾਂ ਨਾ ਮਾਰਿਆ ਕਰੋ, ਜਵਾਕ ਦੀ ਤੁਹਾਨੂੰ ਕਦਰ ਨਹੀਂ, ਘਰਦਿਆਂ ਨੂੰ, ਘਰਦਿਆਂ ਨੂੰ ਇਹਨਾਂ ਦੀ ਨਹੀਂ, ਤੁਹਾਨੂੰ ਪਤਾ ਤੁਹਾਨੂੰ ਘੱਟ ਗਾਲ ਪੈਂਦੀ, ਘਰਦਿਆਂ ਨੂੰ ਜ਼ਿਆਦਾ ਪੈਂਦੀ ਹੈ, ਪਤਾ ਨਹੀਂ ਸਮਝਦੇ ਨਹੀਂ ਕਿ ਉਹ ਆਹ ਵੀ ਨਹੀਂ ਸਮਝਾਉਂਦੇ ਹੋਣੇ, ਚਲੋ ਪਿਆਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਿਓ ਤੇ ਲੱਡੂ ਦੇ ਨੂੰ ਫੋਲੋ ਕਰੇ, ਕਿਉਂਕਿ ਹੁਣ ਸਾਡੀਆਂ ਲੌਂਗ ਡਿਸਟੈਂਸ ਵਾਲੀਆਂ ਵੀਡੀਓ ਹੋ ਜਾਣੀਆਂ ਵਾ ਸ਼ੁਰੂ, ਹਾਂ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰਿਓ, ਲੌਂਗ ਡਿਸਟੈਂਸ ਵਾਲੀ ਵੀਡੀਓ ਤਾਂ ਹੋ ਜਾਂਦੀਆਂ ਸ਼ੁਰੂ, ਪਰ ਇਹਦੀ ਇੰਸਟਾਗ੍ਰਾਮ 'ਚ ਲੋਕਾਂ ਨੇ ਜਿਹੜੇ ਬੰਦੇ ਨੇ ਗਾਲਾਂ ਸਿੱਖਣੇ ਇੰਸਟਾਗ੍ਰਾਮ 'ਚ ਕਮੈਂਟਾਂ 'ਚ ਚੱਲ ਜਾਓ, ਇੰਨੀ ਗੰਦੀ ਗੰਦੀ ਗਾਲ ਕੱਢਦੇ ਆ ਲੋਕ, ਓ ਮਾਈ ਗਾਡ ਟੂ ਮੱਚ ਗੰਦੀ, ਰਸ਼ ਪਾ ਦਿੰਦੇ ਆ ਗਾਲਾਂ ਦਾ ਰਸ਼, ਸੈਡ ਇਮੋਜੀ ਲੱਗਣੇ ਸ਼ੁਰੂ ਹੋ ਜਾਣੇ ਆ, ਕਿਉਂਕਿ ਟਾਈਮ ਨਹੀਂ ਡਿਲੀਟ ਕਰਨ ਦਾ ਵਿਚਾਰੇ ਕੋਲੇ, 2.5 ਸਾਲ ਦੀ ਕੁੜੀਆ ਤੇ ਵਾਈਫ ਦੇ ਨਾਲ ਰਹਿ ਕੇ ਸੀਨ ਪਲ ਜਿਹੜੇ ਬਿਤਾਏ ਹੁੰਦੇ ਆ, 2.5 ਸਾਲ ਦੀ ਗੁੜੀਆ ਤੇ 22 ਸਾਲ ਦੀ ਪ੍ਰੀਤ ਛੱਡ ਕੇ ਬਿਆਨ ਤਾਂ ਐਂ ਕਰੀ ਜਾਂਦਾ ਜਿਵੇਂ ਸਾਰਾ ਪਰਿਵਾਰ ਹੀ ਇਹਦਾ, ਕੀ ਕਹਾਂ ਮੈਂ, ਯਾਦ ਕਰਦਾ ਹੁੰਦਾ ਕਿਸੇ ਨੂੰ, ਦੱਸ ਅੰਨੀ ਦਾ ਸ਼ਰਮ ਤਾਂ ਨਹੀਂ ਆਉਂਦੀ, 2.5 ਸਾਲ ਦੀ ਗੁੜੀਆ ਤੂੰ ਰੋਕ ਕੇ ਚੱਲ ਜਾਂਦਾ, ਉਹ ਉਹਨੂੰ ਪਾ ਦੇ ਕਰਚ ਕਰੋ, ਚੁੱਪ ਭਰਾਵਾ ਪੜ੍ਹਾ ਲਿਆ ਕਰੋ, ABC ਕੁੱਤੇ ਭਾਈਆਂ ਮਾਰਨ ਤੋਂ ਪਹਿਲਾਂ, ਛੱਡ ਕੇ ਜਾਣਾ ਬਹੁਤ ਔਖਾ ਹੁੰਦਾ, ਜਿਹੜੇ ਮੇਰੇ ਵੀਰ ਪਰਦੇਸੀ ਆ, ਜਿਹੜੇ ਮੇਰੇ ਭੈਣਾਂ ਪਰਦੇਸੀ, ਉਹਨਾਂ ਨੂੰ ਪਤਾ ਹੁੰਦਾ ਵਾ ਜਦੋਂ ਘਰੇ ਕੋਈ ਵੀ ਐਮਰਜੈਂਸੀ ਹੁੰਦੀ ਆ, ਉਦੋਂ ਪਤਾ ਲੱਗਦਾ ਪਰਦੇਸੀਆਂ ਦਾ ਦੁੱਖ, ਉਦੋਂ ਸਾਡੇ ਕੋਲ ਸਹਿ ਨਹੀਂ ਹੁੰਦਾ, ਤੇਰੇ ਵੀਰ ਪਰਦੇਸੀ ਆ ਜਿਹੜੀਆਂ ਭੈਣਾਂ ਪਰਦੇਸੀ ਆ, ਉਹ ਵਧੀਆ ਸਿਆਣੇ ਲੋਕ ਆ ਸਾਰੇ ਜਿਹੜੇ ਹੈਗੇ ਆ, ਉਹ ਤੇਰੇ ਵਾਂਗੂ ਕੁੱਤੇ ਭਕਾਈ ਨਹੀਂ ਮਾਰਦੇ, ਮੈਂ ਚੱਲਿਆ, ਮੈਂ ਜਾਣਾ, ਮੇਰੀ ਟਿਕਟ ਹੋ ਗਈ ਹੈ, ਮੇਰੀ ਨਹੀਂ ਹੋਈ, ਟਿਕਟ ਕੈਂਸਲ ਕਰਾ ਦਿੱਤੀ, ਉਹ ਅੰਨੀ ਦਿਆ ਤੇਰਾ ਤਾਂ ਪੈਸਾ ਹੀ ਬਹੁਤ ਖਰਾਬ ਹੋ ਗਿਆ, ਮੇਰਾ ਆਹ ਪੈਸਾ ਖਰਾਬ ਹੋ ਗਿਆ, ਮੈਂ 4 ਲੱਖ ਉੱਥੇ ਕਰਤਾ, 50,000 ਉੱਥੇ ਕਰਤਾ, ਏਜੰਟ 7 ਲੱਖ ਆ ਗਿਆ, ਟਿਕਟ ਕਰਾ ਲਈ ਕੈਂਸਲ ਕਰਤੀ, ਬੰਦੇ ਦੇ ਇੱਥੇ 10 ਰੁਪਏ ਖੜ੍ਹੇ ਹੋਣ ਨਾ, ਬਠਿੰਡੇ ਤੱਕ ਦਾ ਕਿਰਾਇਆ ਲੱਗਿਆ ਹੋਵੇ, 60 ਤੇ 10 ਰੁਪਏ ਲੈਣੇ ਹੋਣ ਕੰਡਕਟਰ ਕੋਲੋਂ, ਬੰਦਾ ਉਹ ਵੀ ਕਹਿ ਦਿੰਦਾ ਨਹੀਂ ਯਾਰ ਲੈ ਲੈਂਦੇ ਆ, ਕਾਹਤੋਂ ਛੱਡਣੇ ਐਵੇਂ ਕਿਸੇ ਨੂੰ, ਅਤੇ ਦੁਬਈ ਦੀਆਂ ਟਿਕਟਾਂ ਹੀ ਕੈਂਸਲ ਕਰਾਈਆਂ, ਚਲੋ ਹੁਣੀ ਚੱਲ ਜਾਈਏ, ਜਹਾਜ਼ ਚੜ੍ਹ ਕੇ ਹੁਣੀ ਚੱਲ ਜਾਈਏ,
ਬਾਲਾ ਪਰੌਂਠਾ ਤੂੰ ਜਿੰਨਾ ਮਰਜ਼ੀ ਪਕੌੜਾ ਤਲ ਨਾ ਤੇਰੀ ਮੰਮੀ ਤੈਨੂੰ ਘਰੇ ਲਿਜਾਵੇ ਹੁਣ ਆਪਦੀ ਮੰਮੀ ਨੂੰ ਮੇਰਾ ਜਾ ਕੇ ਰੋਮਾਂਚਕ ਵਿਖਾਊਗਾ ਮੰਮੀ ਵੇਲਾ ਇਹ ਬੋਲਦਾ ਤੂੰ ਲਿਜਾ ਮੈਨੂੰ ਘਰੇ ਇਹ ਤਾਂ ਭਾਲਦਾ ਬਹਾਨਾ ਲੋਕ ਸੁਣਾਉਂਦੇ ਪਏ ਆ ਇਹ ਦੇਖੇ ਹੁੰਦੇ ਆ ਪਿਛੇ ਵਲੋਗ ਚ ਮੈਂ ਕਿਹਾ ਕਿਰਤ ਮੈਂ ਚੱਲਾ ਕਿਰਤ ਰੋਣ ਲੱਗ ਗਈ ਹੂਕਾ ਲੈ ਕੇ ਪਾਪਾ ਨਹੀਂ ਜਾਣਾ ਉੱਚੀ ਉੱਚੀ ਰੋਣ ਲੱਗ ਗਈ ਅਥਰੂਣਾ ਤੇ ਉਹ ਚੀਜ਼ ਨਾ ਪੂਰੀ ਯਾਦ ਕਰ ਸਕਦੀ ਮੈਂ ਕਿਹਾ ਯਾਰ ਰੱਬਾ ਚੱਲ ਦੇਖ 2.5 ਸਾਲ ਦੀ ਗੁੜੀਆ ਨੂੰ ਕੀ ਪਤਾ ਮੇਰੇ ਨੂੰ ਕਿ ਪਾਪਾ ਕੀ ਚੀਜ਼ ਹੁੰਦੀ ਅੰਨੀ ਦੀਆਂ ਰੀਲਾਂ ਵੇਖੀਆਂ ਹੋਣੀਆਂ ਪੂਰੀ ਰਾਤ ਕੱਲ ਸੋਚੀ ਨਾਲੇ ਆਖਦਾ ਤੂੰ 1 ਵਜੇ ਪੈ ਗਿਆ ਸੀ ਪੂਰੀ ਰਾਤ 1 ਵਜੇ ਖਤਮ ਵੀ ਹੋ ਜਾਂਦੀ ਆ ਐਵੇਂ ਭੌਂਕੀ ਜਾਊਗਾ ਬਹੁਤ ਇਰੀਟੇਟ ਕਰਦਾ ਇਹ ਦੇਖ 2.5 ਸਾਲ ਦੀ ਗੁੜੀਆ ਨੂੰ ਕੀ ਪਤਾ ਮੇਰੇ ਨੂੰ ਕਿ ਪਾਪਾ ਕੀ ਚੀਜ਼ ਹੁੰਦੀ ਹੈ ਹਲੇ ਬੱਚੇ ਨੂੰ ਨਹੀਂ ਪਤਾ ਹਨਾ ਫਿਰ ਵੀ ਉਹ ਰੋਣ ਲੱਗ ਗਈ ਅੰਨੀ ਇਹ ਤੁਸੀਂ ਬੋਕ ਜਿੱਡੇ ਹੋ ਗਏ ਦੋਨੇ ਜਣੇ ਤੇ ਤੁਹਾਨੂੰ ਹਜੇ ਤੱਕ ਨਹੀਂ ਪਤਾ ਵੀ ਜਵਾਕ ਪਾਲਣਾ ਕਿਵੇਂ ਹੈ ਜਾਂ ਜਵਾਕ ਕੀ ਚੀਜ਼ ਹੁੰਦੀ ਹੈ ਜਾਂ ਆਪਦੀ ਇੱਜ਼ਤ ਕੀ ਚੀਜ਼ ਹੁੰਦੀ ਹੈ ਤੇ ਤੁਹਾਡੇ ਜਵਾਕ ਨੂੰ ਤੁਹਾਡੇ ਨਾਲ ਜ਼ਿਆਦਾ ਪਤਾ ਹੋਵੇ ਪਾਪਾ ਮੰਮੀ ਕੀ ਚੀਜ਼ ਹੁੰਦੇ ਹੈ ਕਹਿੰਦਾ ਜਵਾਕ ਕੀ ਪਾਪਾ ਨੂੰ ਕੀ ਪਾਪਾ ਕੀ ਚੀਜ਼ ਹੁੰਦੀ ਹੈ ਟਿੱਡ ਲੱਗਾ ਨਾ ਮਾਲਕ ਨੇ ਟਿੱਡ ਲਾਇਆ ਇਹਦੇ ਲਈ ਬਹੁਤ ਕੁਛ ਕਰਨਾ ਪੈਂਦਾ ਮੈਂ ਜੇ ਦੁਬਈ ਚਲ ਗਿਆ ਮੈਂ ਵਾਪਸ ਨੀ ਆਉਣਾ ਮੈਂ ਅੱਗੇ ਦੀ ਅੱਗੇ ਵੱਡੀ ਕੰਟਰੀ ਜਾਊਂਗਾ ਜਿੱਦਣ ਮੈਂ ਕੈਨੇਡਾ ਜਾਂ ਇੰਗਲੈਂਡ ਜਾਂ ਅਮਰੀਕਾ ਉਹਦੇ ਨੂੰ ਪੱਕਾ ਸ਼ਿਫਟ ਹੋ ਗਿਆ ਨਾ ਉਦੋਂ ਆਪਾਂ ਇੰਡੀਆ ਨਾਲ ਮੂਵ ਕਰਨਾ ਪ੍ਰੀਤ ਨੂੰ ਵੀ ਉੱਥੇ ਬੁਲਾ ਲੈਣਾ ਕਿਰਤ ਨੂੰ ਵੀ ਉੱਥੇ ਬੁਲਾ ਲੈਣਾ ਹੌਲੀ ਹੌਲੀ ਅੱਗੇ ਸੈਟਿੰਗ ਕਰੀ ਜਾਣੀ ਹੈ ਕਿੰਨਾ ਸੌਖਾ ਉਹਨੇ ਦੇ ਲਈ ਕਹਿਣਾ ਵੀ ਮੈਂ ਇੱਥੋਂ ਜਾ ਕੇ ਗਾਂਹ ਮੂਵ ਕਰ ਲੂੰਗਾ ਉਹ ਪੁੱਛ ਕੇ ਵੇਖ ਜਿਹਨਾਂ ਨੇ ਮੂਵ ਕੀਤਾ ਕਿੰਨੇ ਸਾਲ ਲੱਗ ਗਏ ਉਹਨਾਂ ਨੂੰ ਅੰਨੀ ਦਿਆ ਇਹਨੂੰ ਸ਼ਰਮ ਕੀ ਕਵਾਂ ਯਾਰ ਮੈਂ 4 ਤਰੀਕ ਦੀ ਵੇਟ ਕਰਨੀ ਹੈ ਬਸ ਇਹ ਤਾਂ ਜਾਣ ਸੋਚਿਆ ਉਹ ਮੇਰੇ ਨਾਲ ਹੋ ਜਵੇ ਮਾਲਕ ਇਹ ਉਮੀਦਾਂ 'ਚ ਚੱਲਾਂ ਵਾ ਤੇ ਇੱਦੇ ਕੁਛ ਕਰੂੰਗਾ ਤੇ ਮੈਂ ਬਹੁਤ ਮਿਸ ਕਰੂੰਗਾ ਯਾਰ ਬਹੁਤ ਤੁਹਾਨੂੰ ਸਭ ਨੂੰ ਵੀ ਮਿਸ ਕਰੂੰਗਾ ਤੁਸੀਂ ਸਾਨੂੰ ਬਹੁਤ ਪਿਆਰ ਮੈਨੂੰ ਵੀ ਕਰੇਗਾ ਜੇ ਕਿਤੇ ਵੀ ਕੋਈ ਮੈਨੂੰ ਤਾਂ ਸਪੈਸ਼ਲੀ ਮਿਸ ਕਰੂਗਾ ਉਹ ਭਰਾਵਾ ਦੁਬਈ ਆ ਗਿਆ ਹੁਣ ਨਾ ਬਣਾਈ ਪ੍ਰੋਗਰਾਮ ਲਊ ਪੀਤਾ ਹੋਇਆ ਤੂੰ ਵੀ ਬੈਠਾ ਸਾਡੀਆਂ ਜੜ੍ਹਾਂ 'ਚ ਪ੍ਰੈਗਨੈਂਸੀ ਵਾਲਾ ਸਾਲਾ ਭਾਂਡਾ ਫੋੜਦਾ ਸਾਡਾ ਅੱਗੇ ਮਿਲ ਜਾਂਦਾ ਵਾ ਹੱਸ ਕੇ ਮਿਲਦਾ ਵਾ ਪਿਆਰ ਮਿਲਦਾ ਵਾ ਹਨਾ ਤੇ ਉੱਦਾਂ ਤਾਂ ਦੁਨੀਆ ਨੈਗੇਟਿਵਿਟੀ ਬਹੁਤ ਆ ਸਾਨੂੰ ਪਤਾ ਹੀ ਆ ਅੱਜ ਕੱਲ੍ਹ ਤਾਂ ਮੈਂ ਲਾ ਲਓ ਮੈਂ ਛੋਟਾ ਵਾ ਨਾ ਮੈਂ ਛੋਟਾ ਯੂਟਿਊਬਰ ਹਾਂ ਜੇ ਕੋਈ ਵੱਡਾ ਯੂਟਿਊਬਰ ਆ ਜਾਂ ਉਸ ਤੋਂ ਵੱਡਾ ਯੂਟਿਊਬਰ ਆ ਜਾਂ ਮੇਰੇ ਤੋਂ ਵੀ ਕੋਈ ਛੋਟਾ ਯੂਟਿਊਬਰ ਆ ਮੈਂ ਚਲੋ ਸਭ ਤੋਂ ਛੋਟਾ ਵਾ ਹਨਾ ਉਹਨਾਂ ਨੇ ਦੁਨੀਆ ਭੰਡਣ ਤੋਂ ਛੱਡਦੀ ਮੈਂ ਆਪਾਂ ਤਾਂ ਹੀ ਹੁਣ ਕਿਸੇ ਨੂੰ ਅੰਨੀ ਦੇ ਆਪਾਂ ਕੀ ਆਏਗਾ ਆਪਾਂ ਰਿਪਲਾਈ ਨਹੀਂ ਕਰਦੇ ਤੂੰ ਰਿਪਲਾਈ ਕਰਕੇ ਕਰੇਗਾ ਕਿ ਤੇਰੀ ਆਪਦੇ ਕੁੱਤੇ ਪਕਾਈ ਨਹੀਂ ਮੁੱਕਦੀ ਦੱਸ ਦੋ ਵੱਡੇ ਯੂਟਿਊਬਰ ਹੈ ਉਹ ਰਿਪਲਾਈ ਕਰ ਦਿੰਦੇ ਆ ਛੋਟਿਆਂ ਨੂੰ ਫਿਰ ਲੋਕ ਉਹਨਾਂ ਦੀ ਜ਼ਿਆਦਾ ਸੁਣ ਲੈਂਦੇ ਆ ਲੋਕ ਮਗਰ ਲੱਗ ਜਾਂਦੇ ਆਹੋ ਲੋਕ ਤਾਂ ਪਾਗਲ ਸਾਡੇ ਮਗਰ ਲੱਗੀ ਜਾਂਦੇ ਅਸ ਤਾਂ ਪਾਗਲ ਬੈਠੇ ਹਾਂ ਇੱਥੇ ਮਗਰ ਲੱਗੀ ਜਾਂਦੇ ਆਪਣੇ ਐਨ ਸਿੱਧੇ ਸਾਥੋਂ ਵੀ ਸੇਣੇ ਆ ਲੋਕ ਜਿੰਨਾ ਮਰਜ਼ੀ ਸਫਾਈਆਂ ਦੇ ਦੋ ਲੋਕਾਂ ਨੇ ਕਿਸੇ ਦੀ ਕੋਈ ਗੱਲ ਨਹੀਂ ਮੰਨਣੀ ਲੋਕਾਂ ਨੇ ਉਹਨਾਂ ਦੀ ਸਫਾਈ ਨੂੰ ਤੂੰ ਬੜਾ ਬੋਕਰਾ ਮਾਰੀ ਜਾਂਦਾ ਨੈੱਟ 'ਤੇ ਬੈਠਾ ਕੁੱਤੇ ਪਕਾਈ ਮਾਰਦਾ ਸਫਾਈ ਕਿਤੇ ਨਹੀਂ ਜਾ ਕੇ ਉੱਥੇ ਜਾ ਕੇ ਵਲੋਗ ਪਾ ਦੇ ਗਾਇਸ ਮੈਂ ਪਹੁੰਚ ਗਿਆ ਲਓ ਮਗਰ ਭਾਵੇਂ ਗਾਣਾ ਲਾ ਦੇ ਜਿਹੜਾ ਮਰਜ਼ੀ ਅਸੀਂ ਵੀ ਆਖਦਾ ਪਹੁੰਚ ਗਿਆ ਭਰਾਵਾ ਠੀਕ ਆ ਹੁਣ ਤੇਰੇ ਦੁਬਈ ਵਾਲੇ ਰੋਮਾਂਚਿਕ ਬਣਾਵਾਂਗੇ ਰਹਿਣਾ ਤਾਂ ਪਲਾਟਾਂ 'ਚ ਹੀ ਹੈ ਫਿਰ ਕੋਈ ਪਲਾਟਾਂ ਵਾਲਾ ਬੋਲਦੇ ਝਾੜੀਆਂ ਵਾਲਾ ਬੋਲਦੇ ਸਹੀ ਅਗਲੇ ਵੀ ਸਹੀ ਆ ਬਈ ਆਪਾਂ ਆਪਣੀ ਜਗ੍ਹਾ ਸਹੀ ਹੋ ਆਪਣੀ ਜਗ੍ਹਾ ਸਹੀ ਆ ਜਿੱਦਾਂ ਜਿਹਦਾ ਚਲਾਈ ਜਾਂਦਾ ਵਾ ਆਪਾਂ ਜਿਹਦਾ ਚਲਦਾ ਪੌਦੇ ਤੇ ਲਾਈ ਜਾਂਦੇ ਠੀਕ ਆ ਆਪਾਂ ਕਿਸੇ ਦੇ ਮਗਰ ਚੱਲ ਤੇਰੀ ਗੱਲ ਕਿਹੜੀ ਆ ਮੇਰੀ ਤਾਂ ਪੂਰੀ ਆ ਆਪਣਾ ਚਲਾਉਂਦੇ ਆ ਉਹ ਕਿਸੇ ਦੇ ਮਗਰ ਲੱਗ ਕੇ ਚਲਾਉਂਦੇ ਹੋ ਹਨਾ ਸੋ ਮੰਮੀ ਡੈਡੀ ਆਏ ਲੋਕਾਂ 'ਚ ਨਾ ਬੜੀ ਪ੍ਰੋਬਲਮ ਹੈ ਰੋਸ ਏਸ਼ੀਆ ਦਾ ਨੰਬਰ 1 ਯੂਟਿਊਬਰ ਵੀ ਰੋਸਟ ਰਹੀ ਹੈ ਵੈਸੇ ਤਾਂ ਪਰ ਇਹ ਗੱਲ ਹੈ ਯਾਰ ਤੁਸੀਂ ਦੂਜੇ ਦੇ ਸਿਰ 'ਤੇ ਚੱਲਦੇ ਹੋ ਤੁਸੀਂ ਦੂਜਿਆਂ ਨੂੰ ਬੋਲ ਕੇ ਚੱਲਦੇ ਹੋ
ਜੇ ਮੈਂ ਮੰਨ ਲਓ 1% ਮੈਂ ਇਹਨਾਂ ਸਿਰ ਤੋਂ ਚੱਲਦਾ, ਲੋਕ ਇਹਨਾਂ ਨੂੰ ਕਿਉਂ ਨਹੀਂ ਵੇਖਦੇ ਜਾ ਕੇ, ਸਾਨੂੰ ਕਿਉਂ ਵੇਖਦੇ ਆ? ਲੋਕ ਭਾਲਦੇ ਆ ਬੇਈਜਾਈ, ਟਾਈਮ ਪਾਸ, ਇੰਜੋਇਮੈਂਟ, ਰੋਮਾਂਚਿਕ ਪ੍ਰੋਗਰਾਮ ਤਾਂ ਈ ਆ ਗਿਆ। ਦਾਲ ਆ ਗਈ ਸੀਗੀ, ਦਾਲ 'ਚ ਰੋੜ ਆ ਗਿਆ ਸੀ। ਮੰਮੀ ਡੈਡੀ ਕਹਿੰਦਾ ਸੋਰੀ, ਮੰਮੀ ਤਾਂ ਭਰਾ ਆਇਆ ਸੀਗਾ। ਲੋਕਾਂ ਨੂੰ ਪਤਾ ਤੁਸੀਂ ਗਲਤ ਹੋ, ਰਾਤ ਰਹਿ ਕੇ ਗਏ ਆ ਤੇ ਮੰਨਦੇ ਨਹੀਂ ਬਸ। ਪਰ ਮੈਨੂੰ ਫਰੈਂਡ ਕਿ ਮੈਂ ਜਿਹੜੀ ਗੱਲਾਂ ਸਮਝਾਈਆਂ ਉਹਨਾਂ ਨੂੰ ਸਮਝ ਆ ਗਈਆਂ ਕਿ ਹਾਂ ਪ੍ਰੀਤ ਉਹਨਾਂ ਨੂੰ ਜਾ ਲੈਣ ਦੇ। ਉਹਨਾਂ ਨੇ ਬਹੁਤ ਸਮਝਾਇਆ, ਕੁੱਤੇ ਭਕਾਈ ਨਾ ਮਾਰ, ਅੰਨੀ ਦਿਆ ਸਾਡੀ ਕੁੜੀ ਦੀ ਬੇਜਾਈ ਕਰਾਈ ਇਹਨਾਂ ਤੂੰ, ਆਪ ਤਾਂ ਤੂੰ ਹੈ ਹੀ ਟੋਪਾ, ਅੱਜ ਤਾਂ ਸ਼ੁਰੂ ਤੋਂ ਤੇਰੇ ਨਾਲ ਕਰਕੇ ਖੁਸ਼ ਸੀ ਵਿਆਹ। ਕਾਸ਼ ਆਕੜ ਕਰ ਲੈਂਦਾ ਪ੍ਰੀਤ ਦਾ ਭਰਾ ਉਹਦੇ ਨਾਂ ਬੁਲਾਉਂਦਾ ਤਾਂ ਕੁਛ ਨਾ ਹੋਣਾ ਸੀ। ਦੱਸ ਕਿਹਦੇ ਆ ਯਾਰ, ਹੈ ਨਾ ਇਹ ਸਾਨੂੰ ਖੇਜਣ ਲੱਗ ਜਾਂਦੀ ਹੈ, ਇਹਨੂੰ ਨਹੀਂ ਆਉਂਦੀ ਗੀ। ਮਿਸੀ ਹੋ ਯਾਰ, ਸੱਚੀ ਮਿਸੀ। ਅੱਛਾ ਪਾਸਪੋਰਟ ਦੀ ਫੋਟੋ ਲਾਊਗਾ ਮੈਂ ਥੰਬਨੇਲ 'ਚ। ਮਿਸ ਯੂ ਕੀ ਹੈ, ਜੇ ਤੈਨੂੰ ਬਾਹਲਾ ਮਿਸ ਹੁੰਦਾ ਬਾਰੀ ਖੋਲ ਤੇ ਅੰਦਰ ਜਾ ਕੇ ਮਿਲ ਲਾ, ਘਰ ਦੇ ਬਾਹਰ ਤਾਂ ਖੜਾ ਹਜੇ ਹੁੰਦੇ, ਇੰਨੀ ਤਾਂ ਤੂੰ ਕਿਹੜਾ ਬਾਹਰ ਗਿਆ, ਬਾਹਰ ਜਾ ਕੇ ਬੰਦਾ ਆਖੇ ਮਿਸ ਯੂ, ਮਿਸ ਯੂ ਫਿਰ ਤਾਂ ਮੰਨਿਆ। ਦੱਸ ਟਿਕਟ ਦੀ ਫੋਟੋ ਲਾਊਂਗਾ ਤੇ ਜਹਾਜ਼ ਦੀ ਫੋਟੋ ਲਾਊਂਗਾ ਕਿ ਕਿਹੜਾ ਮੇਰਾ ਜਹਾਜ਼ ਆ, ਹਨਾ, ਤੇ ਕਿਹੜੇ ਜਹਾਜ਼ 'ਚ ਮੈਂ ਚੱਲਾਂ ਵਾ। ਜਹਾਜ਼ ਨੂੰ ਕਾਹਨੂੰ ਰੋਡਵੇਜ਼ ਦੀ ਬੱਸ, ਤੇਰੀ ਕਿਹੜਾ ਮੇਰਾ ਜਹਾਜ਼ ਹੈ ਓਏ ਅੰਨੀ ਦਿਆ, ਤੇਰੀ ਕਾਰ ਨਾ ਵਿਕ ਜੇ ਕਿਤੇ, ਮੇਰਾ ਜਹਾਜ਼ ਕਿਹੜਾ? ਐਵੇਂ ਚੱਕ ਕੇ ਲਾ ਆਉਂਦਾ ਫੋਟੋਆਂ ਜਹਾਜ਼ਾਂ ਦੀਆਂ, ਉੱਡਦੇ ਜਹਾਜ਼ ਦੀ ਲਾ ਆਉਂਦਾ, ਨਾਲੇ ਖੜੇ ਦੀ ਵੀ ਲਾਉਂਦਾ, ਉੱਡਦੇ ਜਹਾਜ਼ ਦੀ ਲਾ ਆਉਂਦਾ ਫੋਟੋ। ਲਾਈ ਤਾਂ ਹੈਣੀ ਏਅਰਪੋਰਟ ਦੀ ਫੋਟੋ ਲਾ ਰੱਖੀ ਹੈ ਪਾਸਪੋਰਟ 'ਚ, ਉਹਦੇ 'ਚ ਤੂੰ ਥੰਬਨੇਲ 'ਚ ਤਾਂ ਇੱਕ ਤਾਂ ਐਡੇ ਸੜੇ ਥੰਬਨੇਲ ਬਣਾਉਂਦਾ ਨਾ ਉਹ ਜਿਹੜਾ ਬੰਦਾ ਮੇਰੇ ਥੰਬਨੇਲ ਬਣਾਉਂਦਾ, ਮੈਨੂੰ ਰੋਜ਼ ਗਾਲਾਂ ਕੱਢਦਾ ਜਦੋਂ ਇਹਦਾ ਪ੍ਰੋਗਰਾਮ ਡਿਲੀਟ ਕਰਾਉਣੇ ਹੁੰਦੇ ਥੰਬਨੇਲ, ਮੈਂ ਉਹ ਕਹਿੰਦਾ ਭਰਾਵਾ ਕੀ ਯਾਰ, ਇਹਨੂੰ ਤਾਂ ਚੱਜ ਦੇ ਬਣਾਇਆ ਕਰ, ਇੱਥੇ ਪ੍ਰੋਬਲਮ ਆਉਂਦੀ ਸਾਨੂੰ, ਐਡੇ ਰੱਦੀ ਕੁਆਲਿਟੀ ਥੰਬਨੇਲ ਹੁੰਦੇ ਆ, ਆਪਦਾ ਥੰਬਨੇਲ ਜਦੋਂ ਬਣਵਾਉਣਾ ਉਹਦੀ ਕੁਆਲਿਟੀ ਤਾਂ ਵਧਾਉਣੀ ਵਧਾਉਣੀ, ਇਹਦੇ ਵਾਲੀ ਵੀ ਵਧਾਉਣੀ ਪੈਂਦੀ ਸਾਨੂੰ, ਇੰਨਾ ਇਰੀਟੇਟਿੰਗ ਆ ਤੂੰ। ਸ਼ਬਦ ਹੈ ਨਹੀਂ, ਕਹਿਣ ਨੂੰ ਸਮਝ ਨਹੀਂ ਆ ਰਹੀ, ਮੈਂ ਕੀ ਬੋਲਾਂ ਕੀ ਨਾ ਬੋਲਾਂ, ਕੁਛ ਸਮਝ ਨਹੀਂ ਆ ਰਹੀ। ਅੱਗੇ ਬੜਾ ਹੁੰਦਾ, ਅੱਗੇ ਤਾਂ ਕੁੱਤੇ ਭਕਾਈ ਹੁੰਦੀ ਹੈ ਨਹੀਂ ਰਿਹਾ। ਪ੍ਰੀਤ ਮਹਿੰਦੀ ਲਾ ਰਹੀ ਹੈ, ਕਿਆ ਕਰਵਾ ਰਹੀ ਹੈ, ਮੈਂ ਕਿਹਾ ਕਰਵਾ ਲਾ, ਜੋ ਜੋ ਕਰਵਾਉਣਾ ਸੀ, ਤਿੰਨ ਦਿਨ ਰਹਿ ਗਏ ਆ। ਪ੍ਰੀਤ ਤੇਰੇ ਜਾਣਦੀ ਕੁਛ ਮਹਿੰਦੀ ਲਵਾਈ ਜਾਂਦੀ ਹੈ, ਆਇਆ ਲਾੜੀਏ ਨੀ, ਆਇਆ ਲਾੜੀ ਨੀ, ਜਾਇਆ ਲਾੜੀਏ ਨੀ, ਮੇਰਾ ਬੇਕਰੀ ਵਾਲਾ ਜਾ ਬਣਿਆ ਛੀ ਮਹਿੰਦੀ ਲਵਾ ਰਹੀ ਹੈ। ਉਸ ਤੋਂ ਬਾਅਦ ਤਾਂ ਵਿਚਾਰੀ ਨੇ ਆਪ ਹੀ ਗੱਡੀ ਉਹਨੂੰ ਮੈਂ ਸਿਖਾ ਦਿੱਤੀ ਅੱਧੀ, ਤੇ ਥੋੜ੍ਹੀ ਬਹੁਤ ਅਗਲੇ ਰੋਜ਼ ਤੁਹਾਨੂੰ ਪਤਾ ਲੱਗ ਜੂਗਾ, ਡੇਲੀ ਰਾਤ ਨੂੰ ਮੈਂ ਗੱਡੀ ਸਿਖਾ ਰਿਹਾ, ਡੇਲੀ ਰਾਤ ਨੂੰ, ਤਾਂ ਕਿ ਮੈਂ ਜੀ ਚੱਲ ਜਾਵਾਂ ਜਾਂ ਜੋਗੀ ਹੋ ਜਾਵੇ। ਬਹੁਤ ਰਿਸਕੀ ਗਿਆ, ਤੈਨੂੰ ਮੈਂ ਚੌਂਕ ਕਿਹਾ ਵਾ ਕਿ ਪਿਆਰ ਨਾਲ ਚਲਾਈ, ਧੱਕਾ ਨਾ ਕਰੀ। ਅੱਛਾ ਮੈਡਮ ਜੀ ਭੱਜੀ ਜਾਂਦੀ, ਉਹ ਵੀ ਉਹਨਾਂ ਨੂੰ ਮਾਰਦੇ ਨਹੀਂ ਆ ਕਿਤੇ ਵੀ, ਤੇ ਗੱਡੀ ਨੂੰ ਮੈਂ ਐ ਕੀ ਐਕਸਪ੍ਰੈਸ ਹੈ, ਰੁਕਦੀ ਨਹੀਂ ਕਿਤੇ, ਕੀ ਬੋਲੀ ਇਹਨੇ ਯਾਰ, ਲੈ ਭੱਜੀ ਅੰਦਰ ਜਾ ਕੇ ਰੁਕ ਜੂਗੀ, ਹੁਣ ਕੰਧਾਂ ਪਾੜ ਕੇ ਢੱਪ ਜਾ ਕਿਤੇ ਗੁਆਂਢੀਆਂ ਦੇ ਘਰਾਂ 'ਚ, ਰੁਕਦੀ ਨਹੀਂ ਉਹ ਕਿਤੇ ਵੀ, ਇਹਨੂੰ ਕੁਛ ਨਹੀਂ ਪਤਾ ਲੱਗਦਾ, ਬਸ ਕੈਮਰਾ ਔਨ ਕਰ ਲੈਂਦਾ, ਗਾਇਜ਼ ਮੈਂ ਚੱਲਿਆ, ਪ੍ਰੀਤ ਨੂੰ ਗੱਡੀ ਸਿਖਾਤੀ ਹੈ, ਹੌਲੀ ਚਲਾਈ ਭਜਾਈ ਨਾ, ਇਹ ਪਲਾਟਾਂ 'ਚ ਲਾ ਦੂਗੀ ਉਹਨੂੰ ਨਹੀਂ ਆਉਣੀ ਚਲਾਉਣੀ, ਹਾਂ ਦੱਸ ਸਿਖਾ ਦਈ, ਸਕੂਟਰੀ ਸਿਖਾ ਪਹਿਲਾਂ ਉਹਨੂੰ ਚੰਗੀ ਤਰ੍ਹਾਂ, ਥੋੜ੍ਹੀ ਬਹੁਤ ਜਿਹੜੀ ਰਹਿ ਗਈ ਉਹ ਸਿਮਰਨ ਨੇ ਸਿਖਾ ਦੇਣੀ ਆ ਉਹਨੂੰ, ਅਤੇ ਘਰੇ ਵੀ ਭੁਰੀ ਜਾਂਦਾ ਬੈਠਾ, ਕਹਿੰਦੀ ਤੂੰ ਜਾਣ ਕੇ ਗੱਡੀ ਸਿਖਾ ਰਿਹਾ, ਨਾਲੇ ਤੇਰੀ ਟਿਕਟ ਕਰਾ ਕੇ ਦੇਈ ਜਾਂਦੀ ਹੈ, ਉਹਨੂੰ ਗੱਦੀ ਮਾਰਾ ਸਿਰ ਜੇ ਕੋਈ ਵੀ ਲੋੜ ਪੈ ਗਈ, ਸ਼ਾਇਦ ਮੰਮੀ ਵੱਲ ਰਹੂਗੀ ਜਾਂ ਮੇਰੀ ਮੰਮੀ ਵੱਲ ਰਹੂਗੀ ਜਾਂ ਉੱਧਰ ਰਹੂਗੀ, 15 ਦਿਨ ਨਹੀਂ ਰਹਿੰਦੀ ਉੱਧਰ, 15 ਦਿਨ ਉੱਧਰ, ਏਦਾਂ 30 ਦਿਨ ਇੱਧਰ ਹੀ ਲਾ ਲਾ, 7 ਮਹੀਨੇ ਦਾ ਕਿਨੂੰ ਵੀ ਮੈਂ ਬੁਲਾ ਲੂੰਗਾ, ਤੇ ਇਹ ਮੇਰੇ ਨਾਲ ਚੱਲੀ, ਸੋ ਮੈਂ ਸਾਰਿਆਂ ਨੂੰ ਦੱਸ ਦਵਾਂ ਮੈਂ ਇਕੱਲਾ ਹੀ ਚੱਲਾਂ ਵਾ,
ਪਹਿਲਾਂ ਮੈਂ ਸੋਚਿਆ ਸੀ ਉਹ ਨਾਲ ਲੈ ਕੇ ਜਾਵਾਂ, ਪਰ ਨਹੀਂ ਮੈਂ ਕਿਹਾ ਪਹਿਲਾਂ ਆਪਣੀ ਸੈਟਿੰਗ ਕਰਦੇ ਆ ਉੱਥੇ ਜਾ ਕੇ, ਫਿਰ ਇਹਦੇ ਬਾਰੇ। ਹਾਂ ਅੱਛਾ ਇਸ਼ੂ ਯਾਰ ਬੁੱਢੀ ਰਹਿ ਤਾਂ ਨਹੀਂ ਹੋਣਾ ਤੇਰੇ ਬਿਨਾਂ, ਅੰਨੀ ਦਾ ਮਿਲ ਅੰਦਰ ਜਾ ਕੇ ਰਹਿਣਾ ਪੈਣਾ ਵਾ। ਆ ਪੂਰਾ ਮਹੀਨਾ ਮੈਂ ਦੁਬਈ ਦਾ ਵਲੌਗ ਹੀ ਚਲਾਇਆ ਹੈ ਨਾ ਗਾਈਸ, ਤੇ ਕਿਉਂਕਿ ਇਹਨੂੰ ਡੁਬਈ ਦਾ ਵਲੌਗ ਨਹੀਂ ਆਖਦੇ, ਕੁੱਤੇ ਭਕਾਈ ਆਖਦੇ ਆ। ਪੂਰਾ ਮਹੀਨਾ ਮਹੀਨਾ ਹੋ ਗਿਆ ਤੈਨੂੰ ਭਕਾਈ ਮਾਰਦੇ ਨੂੰ, ਅਤੇ ਹਜੇ ਤੱਕ ਤੇਰੀ ਟਿਕਟ ਨਹੀਂ ਹੋਈ। ਅੰਨੀ ਦੇ ਪਹਿਲਾਂ 5 ਤਰੀਕ ਸੀਗੇ ਜੇ, ਇਹ ਵੈਸੇ ਹੈ ਟੋਪੂ ਇਹ, ਜੇ ਇਹਨੇ ਦੁਬਾਰਾ ਵਲੌਗ ਪਾਉਣੇ ਹੁੰਦੇ ਕਹਿ ਦਿੰਦਾ ਗਾਈਸ ਮੇਰੀ 15 ਤਰੀਕ 10 ਦਿਨ ਹੋਰ ਕੁੱਤੇ ਭਕਾਈ ਮਾਰ ਕੇ ਵੀ ਖਾ ਲੈਂਦਾ, ਅੰਨੀ ਦਿਨ ਇੱਕ ਦਿਨ ਪਹਿਲਾਂ ਕਰ ਲਿਆ। ਇਹ ਤਾਂ ਆਪਦਾ ਨਾਸ ਆਪ ਹੀ ਮਰੀ ਜਾਂਦੇ ਆ ਤੁਹਾਡੇ ਸਭ ਲਈ ਹਨਾ, ਜਿਹੜੇ ਇੱਥੇ ਹੁੰਦੇ ਆ ਬਈ। ਮੇਰੇ ਲਈ ਤਾਂ ਜੋ ਚੀਜ਼ ਮੇਰੇ ਲਈ ਮੈਂ ਫੇਸ ਕਰ ਰਿਹਾ ਮੇਰੇ ਦਿਲ ਨੂੰ ਪਤਾ, ਮੈਂ ਤਾਂ ਡੁਬਈ ਦਾ ਵਲੌਗ ਚਲਾਇਆ ਇਸ ਮਹੀਨੇ ਪੂਰਾ, ਕਿਉਂਕਿ ਮੈਂ ਨਹੀਂ ਛੱਡ ਕੇ ਜਾ ਸਕਦਾ, ਪਰ ਮੈਂ ਜਾ ਰਿਹਾ ਵਾਂ ਤਾਂ ਕਰਕੇ ਇੱਕ ਇੱਕ ਦਿਨ ਮੈਂ ਆਹ ਚੀਜ਼ ਉੱਥੇ ਜਾ ਕੇ ਆਪਣੇ ਵਲੌਗ ਹੀ ਦੇਖਣੇ। ਕੀ ਭੌਂਕੀ ਇੰਨਾ, ਮੈਂ ਦੁਬਈ ਦਾ ਵਲੌਗ ਤਾਂ ਚਲਾਇਆ ਸੀ ਕਿਉਂਕਿ ਮੈਂ ਨਹੀਂ ਛੱਡ ਕੇ ਜਾ ਸਕਦਾ, ਪਰ ਮੈਂ ਜਾ ਰਿਹਾ। ਓਏ ਅੰਨੀ ਦਿਆ ਜਾਣਾ ਜਾ ਵੜਾ, ਖਿੱਚ ਨਹੀਂ ਆਈ ਦੀ ਤੁਹਾਨੂੰ? ਕਈ ਲੋਕ ਅਬੇ ਮੈਂ ਕਿੱਦਾਂ ਕਰਦਾ ਹੁੰਦਾ ਸੀ ਘਰੇ, ਕਿੱਦਾਂ ਨਹੀਂ ਇੱਕ ਇੱਕ ਦਿਨ ਦੀ ਆਪਣੀ ਜਿਹੜੀ ਫੋਟੋ ਜਾਂ ਤੂੰ ਵਲੌਗ ਰਹਿਣ ਦੀ ਤੂੰ ਰੋਮਾਂਚਕ ਵੇਖਿਆ ਕਰੀ, ਉਹ ਜ਼ਿਆਦਾ ਮਜ਼ਾ ਆਇਆ ਕਰੂ ਵੇਖਣ 'ਚ ਵੀ ਕਿੱਦਾਂ ਤੇਰੇ ਗਾਲਾਂ ਪੈਂਦੀਆਂ ਲੋਕ। ਤੂੰ ਕਮੈਂਟ ਪੜਿਆ ਕਰ ਆਪਦੇ ਮੇਰੇ ਰੋਮਾਂਚਕ ਥੱਲੇ ਆਪਦੇ, ਲੋਕ ਮੈਨੂੰ ਘੱਟ ਕਮੈਂਟ ਕਰਦੇ ਤੈਨੂੰ ਜ਼ਿਆਦਾ ਗਾਲਾਂ ਕੱਢਦੇ ਆ ਤੇਰੇ ਰੋਮਾਂਚਕ ਥੱਲੇ। ਮੇਰੀ ਸਾਰੇ ਫੋਨ 'ਚ ਪਈਆਂ ਸਾਰੀਆਂ ਦੇਖਿਆ ਕਰਨੀਆਂ ਮੈਂ, ਬੜਾ ਗਾਣੋ ਫਿਲਮ ਸ਼ੂਟ ਹੋਈ ਹੈ ਫੋਟੋ ਜਿਹਨੂੰ ਸਭ ਕੁਝ ਕਰਦਾ ਰਿਹਾ ਹਨਾ। ਯਾਰ ਮੈਂ ਇੱਕ ਗੱਲ ਕਹਾਂ ਸਾਰਿਆਂ ਨੂੰ, ਮੈਂ ਬਾਈਆਂ ਮਹੀਨਾ ਹੋ ਗਿਆ ਤੁਹਾਨੂੰ ਵਲੌਗ ਵੇਖਦੇ ਨੂੰ ਇਹਦੇ, ਤੁਸੀਂ ਕਿੱਥੇ ਘੁੰਮਦਾ ਵੇਖਿਆ, ਕਿੱਥੇ ਜਾਂਦਾ ਹੱਦ ਤੇਲ ਪਵਾਉਣ ਜਾਂਦਾ, ਜਾਂ ਇੱਧਰ ਮੰਮੀ ਵੱਲ ਆ ਗਿਆ, ਜਾਂ ਪਲਾਟਾਂ 'ਚ ਫਿਰਦਾ ਹੁੰਦਾ, ਜਾਂ ਘਰੇ ਬੈਠਦੇ ਬੈਠਦਾ ਵਲੌਗ ਪਾਈ ਜਾਂਦਾ ਮਹੀਨੇ ਦਾ। ਦੱਸ ਲੈ ਕਿੱਡਾ ਸੌਖਾ ਵਲੌਗ ਪਾਉਣਾ ਇਹਦੇ ਲਈ, ਇੱਕ ਮਹੀਨਾ ਹੋ ਗਿਆ ਘੁੰਮਦੇ ਨੂੰ, ਤੂੰ ਰੋਮਾਂਚਕ ਵੇਖੀ ਉਹਦੇ 'ਚ ਵਧੀਆ ਘੁੰਮਦਾ। ਮੈਂ ਬਾਕੀਆਂ ਨੂੰ ਨਹੀਂ ਕਹਿੰਦਾ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਆ ਮੈਂ ਬਾਕੀਆਂ ਨੂੰ ਨਹੀਂ ਕਹਿੰਦਾ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ ਆ ਵੀ ਸਾਲ ਦੀ ਉਮਰ 'ਚ ਵਿਆਹ ਕਰਾ ਲਿਆ ਸੀ ਅੰਨੀ ਦਾ ਚੱਲ ਨਹੀਂ ਮੇਰੇ ਲਈ ਬਹੁਤ ਵੱਡੀ ਅਚੀਵਮੈਂਟ
ਪੈਂਟ ਆ, ਮੈਂ ਕਿਸੇ ਦਾ ਕੋਈ ਲੈਣਾ ਨਹੀਂ, ਨਾ ਕਿਸੇ ਦਾ ਕੋਈ ਦੇਣਾ, ਆਪਣੀ ਮਿਹਨਤ ਦੀ ਰੋਟੀ ਜੋ ਵੀ ਮੇਰੀ ਮਾਲਕ ਨੇ ਰਾਈ, ਆਪਣਾ ਦਾਲ ਫੁਲਕਾ ਮੈਂ ਖਾ ਰਿਹਾ ਵਾਂ, ਕਿਸੇ ਕੋਲ ਲੜ ਕੇ ਜਾਂ ਕਿਸੇ ਕੋਲ ਮੰਗ ਕੇ ਨਹੀਂ ਖਾਂਦਾ, ਟੋਰ ਨਾ ਖਾਂਦਾ ਵਾਂ, ਟੋਰ ਨਾ ਜਾਂਦਾ, ਜਿੱਦ ਤੱਕ ਜਾਂਦਾ ਕੋਈ ਕਹਿ ਨਹੀਂ ਸਕਦਾ ਕਿ ਗੱਲਾਂ ਤੋਂ ਸਾਡਾ ਰੁਪਈਆ ਦੇਣਾ ਜਾਂ ਲੜ ਕੇ ਅਤੇ ਮੰਗ ਕੇ ਨਹੀਂ ਖਾਂਦਾ, ਪਰ ਲੋਕਾਂ ਦੀਆਂ ਗਾਲਾਂ ਬਹੁਤ ਖਾਂਦਾ ਤੂੰ, ਕੀ ਚੱਕਰ ਹੈ, ਕਿੱਥੇ ਪ੍ਰੋਬਲਮ ਆਉਂਦੀ ਪਈ ਆ, ਪਤਾ ਕਰਾਇਆ ਤੂੰ ਕਿਤੋਂ? ਮਾਲਕ ਨੇ ਰੋਟੀ ਲਾਈ ਸਾਡੀ, ਕਿਸੇ ਦਾ ਕਰਜ਼ਾ ਆਈ ਆ, ਕੁਛ ਨਹੀਂ, ਇੰਨੀ ਕੁ ਉਮਰ 'ਚ ਇੰਨਾ ਕੁਛ ਬਣਾਉਣਾ ਕੋਈ ਸੌਖੀ ਗੱਲ ਨਹੀਂ ਆ, ਮੇਰੇ ਲਈ ਤਾਂ ਬਹੁਤ ਵਧੀਆ ਗੱਲ ਆ, ਚਾਹੇ ਮੇਰਾ ਘਰ ਮੇਰਾ ਵੱਡਾ, ਚਾਹੇ ਮੇਰੀ ਗੱਡੀ ਛੋਟੀ ਆ, ਚਾਹੇ ਮੇਰੀ ਪਲਾਟ ਡੈਡੀ ਦਾ ਲਿਆ ਪਿਆ ਸੀ, ਮਕਾਨ ਡੈਡੀ ਨੇ ਪਾ ਕੇ ਦਿੱਤਾ, ਟੈਲਾਂ ਵੀ ਅੱਧੀਆਂ ਮਤਲਬ ਡੈਡੀ ਨੇ ਲਵਾ ਤੀਆਂ ਹੋਣੀਆਂ, ਬਹੁਤ ਔਖਾ ਹੈ, ਵਾਕਈ ਬਹੁਤ ਔਖਾ, ਜੇ ਬਣਾ ਲਿਆ ਤਾਂ ਅੰਨੀ ਤਾਂ ਸੁਣਾਈ ਕਿਉਂ ਜਾਂਦਾ, ਆਪਦੇ ਲਈ ਬਣਾਇਆ ਤੂੰ ਕਿਹੜਾ ਗਰੀਬਾਂ ਨੂੰ ਖੜਾ ਕਰਕੇ ਦਿੱਤਾ ਵੀ ਰਹੋ ਯਾਰ ਤੁਸੀਂ ਇੱਥੇ, ਆਹ ਸਾਰੀ ਥਾਂ ਤੁਹਾਡੀ ਹੈ, ਜਾਓ ਰਹਿ ਲਓ, ਦੱਸ ਆ ਚੱਲ ਛੱਡ ਰਹੇ ਹੁੰਦੇ, ਸਾਰੇ ਕਹਿੰਦੇ ਤੂੰ ਮਾਂ ਪਿਓ ਤੋਂ ਲੱਗਦਾ, ਹੁਣ ਮੈਂ ਮਾਂ ਪਿਓ ਲਈ ਚੱਲ ਤੇਰੇ ਕੋ ਹਵਾ ਥੋੜੀ ਮਾਰਨੀ, ਮਾਂ ਪਿਓ ਲਈ ਕੁਛ ਕਰਕੇ ਦਿਖਾਵਾਂਗੇ ਤੇ ਦੇਖਦੇ ਹਾਂ ਬਾਕੀ ਕੀ ਸਿਸਟਮ, ਆਪਣੇ ਵੱਲੋਂ ਤਾਂ ਮੈਂ ਹੀ ਸੋਚ ਰਿਹਾ ਅੱਛਾ, ਤੇ ਮੰਮੀ ਡੈਡੀ ਲਈ ਵਧੀਆ ਕੁਛ ਕਰੂੰਗਾ, ਕਰ ਲਈ ਨਹੀਂ ਤੇ ਨਵੇਂ ਤੋਂ ਨਵੇਂ ਚੱਕਰ ਪੈਂਦੇ ਹੀ ਰਹਿੰਦੇ ਲਾਈਫ 'ਚ, ਹਨਾ ਲਾਂ ਤਾਂ ਬਹੁਤ ਹੋ ਰਹੇ, ਜੇ ਆਪਾਂ ਟੈਂਸ਼ਨ ਰੱਖ ਕੇ ਚੱਲੀਏ ਤੇ ਕਦੀ ਵੀ ਜ਼ਿੰਦਗੀ 'ਚ ਕੁਛ ਨਹੀਂ ਬਣਦਾ, ਸੋ ਦੇਖਦੇ ਹਾਂ ਬਾਕੀ ਜੋ ਵੀ ਹੁੰਦਾ, ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਦਿਓ, ਨਵੇਂ ਤੋਂ ਨਵੇਂ ਚੱਕਰ ਨਹੀਂ ਪੈਂਦੇ, ਨਵੀਆਂ ਤੋਂ ਨਵੀਆਂ ਲਾਂਤਾਂ ਪੈਂਦੀਆਂ, ਜੇ ਆਪਾਂ ਟੈਂਸ਼ਨ ਹੀ ਲਈ ਜਾਵਾਂਗੇ ਹਨਾ ਲੋਕਾਂ ਦੇ ਰਿਪਲਾਈਆਂ ਦੀਆਂ ਤਾਂ ਫਿਰ ਕੰਮ ਨਹੀਂ ਸਰਨਾ,
ਸੋ ਕੁੱਤੇ ਭਕਾਈ ਮਾਰਨੀ ਚਾਹੀਦੀ ਹੈ ਸਾਰਿਆਂ ਨੂੰ, ਜਿੱਦਾਂ ਮੈਂ ਮਾਰੀ ਜਾਂਦਾ, ਮੈਂ ਤਾਂ ਬੇਜਾਈ ਕਰਾਈ ਨਾ ਗਾਇਜ਼, ਤੁਸੀਂ ਵੀ ਕਰਾਵਾ ਅੰਨੀ ਦਾ ਕਮੈਂਟ ਆਨ ਕਰੇਗਾ ਤਾਂ ਲੋਕ ਕਰਨਗੇ, ਜਿਹੜਾ ਕਰਦੇ ਤੂੰ ਡਿਲੀਟ ਕਰ ਦਿੰਦਾ। ਇੱਕ ਤਾਂ ਵਲੋਗ ਚਲਾਉਂਦਾ ਵੀ ਲਾਈਵ ਹੈ, ਜਿਵੇਂ ਬੜਾ ਸਪੀਡ ਰਿਕਾਰਡ ਤੋਂ ਲਾਂਚ ਹੋਇਆ ਹੁੰਦਾ ਇਹਦਾ, ਅਤੇ ਲੋਕ ਲਾਈਵ 'ਚ ਗਾਲਾਂ ਹੀ ਗਾਲਾਂ ਹੁੰਦੀਆਂ ਨਿਰੀਆਂ, ਗਾਲਾਂ ਗਾਲਾਂ, ਉਹਦੇ ਸਕਰੀਨਸ਼ੋਟ ਲੈ ਲਿਆ ਕਰੋ, ਅਤੇ ਬਾਅਦ 'ਚ ਤਾਂ ਡਿਲੀਟ ਹੀ ਕਰਨ 'ਤੇ ਲੱਗਿਆ ਰਹਿੰਦਾ ਵਿਚਾਰਾ। ਦੇਖ ਹੀ ਲਿਆ ਵਾ ਨਾ ਕਿ ਪ੍ਰੀਤ ਨੇ ਵੀ ਦੱਸ ਦਿੱਤਾ ਕਿ ਹਾਂ ਟਿਕਟ ਟੁਕਟਾਂ ਕਰਾ ਲਈਆਂ, ਅਤੇ ਇਸ ਵਾਰ ਕੋਈ ਝੂਠ ਨਹੀਂ ਆ, ਕਿ ਸਾਰੇ ਝੂਠ ਮੰਨਦੇ ਰਹਿੰਦੇ, ਗਰਮੀ ਬਹੁਤ ਆ ਗਈ ਯਾਰ ਤਾਂ ਕਰਕੇ ਹੈ ਨਾ, ਅਤੇ ਫੋਨ ਵੀ ਨਹੀਂ ਫੜ ਹੋ ਰਿਹਾ, ਠੀਕ ਆ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਇੰਸਟਾਗ੍ਰਾਮ 'ਤੇ ਫੋਲੋ ਕਰ। ਕੀ ਗੱਲ ਹੱਥ ਪਿੰਗਰੀ ਜਾਂਦਾ, ਕੀ ਭੌਂਕੀ ਜਾਂਦਾ, ਚੈਨਲ ਸਬਸਕ੍ਰਾਈਬ, ਗਰਮੀ ਬਹੁਤ ਆ ਗਈ ਗਾਇਜ਼, ਫੋਨ ਵੀ ਨਹੀਂ ਫੜ ਹੋ ਰਿਹਾ, ਮੇਰਾ ਹੱਥ ਪਿੰਗਰ ਗਿਆ, ਇੱਥੋਂ ਸਾਰਾ ਮਾਸ ਲੈ ਗਿਆ, ਹੱਡ ਵਿਖਣ ਲੱਗ ਗਿਆ, ਲੱਦਾ ਕਾਰ 'ਚ ਬੈਠਾ, ਇਹਨੂੰ ਸਟਾਰਟ ਕਰਕੇ ਏ ਸੀ ਚਲਾ ਲਾ, ਪਿਛਲੀ ਲਾਈਟ ਕਾਹਤੋਂ ਜਗਾਈ ਆ, ਦਸ ਮੱਛਰ ਆਉਂਦਾ ਨਹੀਂ ਤੈਨੂੰ ਇੱਥੇ, ਹੋ ਸਕਿਆ ਤਾਂ ਇੱਕ ਬਟਨ ਲਾਈਕ ਦਾ ਦੱਬ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ, ਮੇਰੇ ਫਟਾਫਟ 50K ਕਰ ਦਿਓ ਦੁਬਈ ਜਾਣ ਤੋਂ ਪਹਿਲਾਂ ਯਾਰ, ਇੱਕ ਖੁਸ਼ੀ ਮੈਂ ਇੱਕ ਕੇਕ ਕੱਟ ਲਿਆ ਆਪਣਾ ਦੁਬਈ ਤੋਂ ਜਾਣ ਤੋਂ ਪਹਿਲਾਂ 50K। ਆ ਬਖਸ਼ ਦਿਓ ਭਰਾਵਾ, ਚਾਰ ਦਿਨਾਂ ਤੇਰੇ 50 ਵੀ ਕਰਦੀ ਹੈ ਹੈ ਨਾ, ਦੱਸ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਵੀ ਜਿਹਨਾਂ ਨੇ ਨਹੀਂ ਕੀਤਾ, ਮੇਰੇ 100K ਚਾਹੀਦੇ ਜਲਦੀ ਤੋਂ ਜਲਦੀ ਮੈਨੂੰ ਇਸ ਸਾਲ ਦੇ ਵਿੱਚ, ਤਾਂ ਕਿ ਮੈਂ ਪਲੇ ਬਟਨ ਦੀ ਅਨਬੋਕਸਿੰਗ ਕਰ ਸਕਾਂ, ਨਾਲ ਨਹੀਂ ਲਾਉਣਾ ਫਿਰ ਉਹਦੇ, ਇੱਥੇ ਜੇ ਲਾਵਾਂਗੇ ਇੱਥੇ ਜੇ, ਆਹ ਫੋਟੋ ਲਾ ਕੇ ਲਾ ਦਾਂਗੇ, ਨਹੀਂ ਤਾਂ ਨਹੀਂ ਯਾਰ, ਇਹ ਆਪਣੇ ਭਰਾ ਨੇ ਭੇਜੀ ਸੀ, ਐਂ ਨਹੀਂ ਅਗਲਾ ਆਖੂਗਾ ਮੈਂ ਭਰਾਵਾ ਇੰਨੀ ਮਿਹਨਤ ਕਰਕੇ ਬਣਾਈ ਅਤੇ ਲਾਈ ਜਾਂਦਾ, ਇਹ ਫੋਟੋ ਥੋੜ੍ਹੀ ਸਾਈਡ 'ਤੇ ਕਰ ਦਾਂਗੇ ਯਾਰ, ਢੂਈ ਮਾਰੋ ਫੋਟੋ ਲੱਗੀ ਰਹਿਣ ਦੋ, ਪਲੇ ਬਟਨ ਇੱਥੇ ਲਾ ਦਾਂਗੇ ਇੱਥੇ ਲਾ ਦਾਂਗੇ ਉੱਤੇ, ਸੋ ਜਲਦੀ ਸਬਸਕ੍ਰਾਈਬ ਕਰੋ ਚੈਨਲ ਨੂੰ ਮੇਰੇ ਨੂੰ, ਤੁਸੀਂ ਕਰਦੇ ਨਹੀਂ ਸਬਸਕ੍ਰਾਈਬ, ਰੋਮਾਂਚਕ ਵੇਖ ਕੇ ਚੱਲ ਜਾਂਦੇ ਹੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਫੈਮਲੀਆਂ 'ਚ ਅਤੇ ਰੋਮਾਂਚਕ ਵੇਖਿਆ ਕਰੋ, ਚਲੋ ਉਹ ਵੀ ਜ਼ਰੂਰ ਕੱਟ ਦਿਓ, ਤੁਹਾਨੂੰ ਕਿੰਨੇ ਸਾਲ, 2 ਸਾਲ ਹੋ ਗਏ ਮੈਨੂੰ ਯੂਟਿਊਬ 'ਤੇ, ਪਰ ਅੱਜ ਤੱਕ 50K ਨਹੀਂ ਹੋਏ, ਸੋ ਤੁਹਾਡੇ ਸਾਰੇ ਅੱਗੇ ਅਰਦਾਸ ਹੀ ਹੈ, ਇੱਕ ਹੈਲਪ ਹੀ ਆ ਕਿ ਕਰ ਦਿਓ ਮਾੜਾ 50K ਕਰ ਦਿਓ ਫਟਾਫਟ, ਅਤੇ ਤਾਂ ਕਿ ਮੈਂ ਇਹ ਅੰਨੀ ਦੇ ਲੋਕਾਂ ਅੱਗੇ ਨਹੀਂ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰ, ਤੂੰ 50K ਨੂੰ ਛੱਡ, ਤੂੰ ਐਂ ਆਖ ਬਾਬਾ ਜੀ ਮੈਨੂੰ ਅਕਲ ਮੱਤ ਬਖਸ਼ੋ, ਮੈਨੂੰ ਅਤੇ ਮੇਰੇ ਪਰਿਵਾਰ ਨੂੰ, ਅਸੀਂ ਸਾਰੇ ਵਧੀਆ ਵਧੀਆ ਰਹੀਏ, ਅਸੀਂ ਬੇਅਕਲਾਂ ਵਾਲੇ ਕੰਮ ਨਾ ਕਰੀਏ, ਅਸੀਂ ਇਹੋ ਜਿਹੇ ਗੰਦ ਮੰਦ ਜਿਹਾ ਨਾ ਮਾਰੀਏ, ਚਲੋ ਅਸੀਂ ਵੀ ਕਹਿ ਦਿੰਦੇ ਤੇਰਾ ਦੁਬਈ ਦਾ ਵੀਜ਼ਾ ਲੱਗ ਜਾਏ ਯਾਰ, ਸਾਨੂੰ ਕੋਈ ਚੱਕਰ ਨਹੀਂ, ਪਰ ਜਾ ਤਾਂ ਸਰੀ ਅੰਨੀ ਦਿਆ ਭੌਂਕੀ ਜਾਂਦਾ, ਟਿਕਟ ਕਰਾਤੀ ਪ੍ਰੀਤ ਨੇ, ਕੇ ਕੱਟ ਕੇ ਜਾਵਾਂ, ਇੱਕ ਰਿੰਗ ਦਿੱਤੀ ਆ ਮੈਨੂੰ ਪ੍ਰੀਤ ਦੀ, ਵਾਲ ਸਟੇਟ ਕਰਤੀ ਬੈਗ ਵਾਲੇ ਨੇ, ਦਿਖਾਉਂਗਾ ਅੱਛਾ, ਮੈਂ ਤੈਨੂੰ ਰਿੰਗ ਗਿਫਟ ਕੀਤੀ ਆ ਜਾਣ ਤੋਂ ਪਹਿਲਾਂ, ਬਹੁਤ ਸੋਹਣੀ ਰਿੰਗ ਆ, ਵੇਖ ਲਈ ਸੀ ਅਸੀਂ ਅੱਜ, ਦਿਖਾਈ ਵੀ ਇੱਥੇ ਹੈ ਨਾ ਕਲਿੱਪ 'ਚ, ਤੇ ਥੈਂਕ ਯੂ ਪ੍ਰੀਤ ਦਾ, ਲਵ ਯੂ ਬੁੱਗੇ, ਅੰਨੀ ਦੇ ਇੱਦਾਂ ਮੈਨੂੰ ਪਿਆਰ ਦਿੰਦੀ ਰਹੇ, ਤੇ ਥੈਂਕ ਯੂ ਬੁੱਗੇ, ਲਵ ਯੂ, ਇੱਦਾਂ ਮੈਨੂੰ ਪਿਆਰ ਦਿੰਦੀ ਰਹੇ, ਉਹ ਕਿੱਥੇ ਪਿਆਰ ਦੇਵੇ ਤੈਨੂੰ, ਜਾ ਕੇ ਹੁਣ ਉੱਥੇ ਮੂੰਹ 'ਤੇ ਬੋਲਦੇ, ਅੰਨੀ ਦੇ ਨੈੱਟ 'ਤੇ ਹੀ ਬੈਠਾ, ਬੜੇ ਵਲੋਗਰ ਵੇਖੇ ਆ, ਕਪਲ ਵਲੋਗਰਾਂ ਤੋਂ ਮੈਨੂੰ ਸਪੈਸ਼ਲੀ ਇੰਨਾ ਨਫ਼ਰਤ ਆ, ਪਤਾ ਨਹੀਂ ਕਿਉਂ, ਇੱਕ ਬੰਦੇ ਨੂੰ ਛੱਡ ਕੇ ਉਹ ਜਿਹੜਾ ਹੋ ਪੰਜਾਬੀ ਟਰੈਵਲ ਕਪਲ, ਬਾਕੀ ਮੈਨੂੰ ਸਾਰੇ ਕਪਲ ਵਲੋਗਰਾਂ ਤੋਂ ਨਫ਼ਰਤ ਆ ਜਿਹੜੇ ਇਹੋ ਜਿਹਾ ਗੰਦ ਪਾਉਂਦੇ ਆ, ਹੋਰ ਵੀ ਹੋਣਗੇ ਸਿਆਣੇ ਸਿਆਣੇ ਵਲੋਗ ਬਣਾਉਣ ਵਾਲੇ, ਉਹਨਾਂ ਨੂੰ ਛੱਡ ਕੇ ਚੱਲੋ, ਪਰ ਜਿਹੜੇ ਮੈਂ ਬੁਲੇਟੇ ਆ ਹੁਣ ਤੱਕ ਤਾਂ ਟੋਪੇ ਹੀ ਆ ਸਾਰੇ, ਚਲ ਜਲਦੀ ਤੈਨੂੰ ਮੈਂ ਉੱਥੇ ਬੁਲਾਉਂਗਾ, ਠੀਕ ਆ, ਅਵਾਰਡ ਨੂੰ ਮਿਲਣਾ, ਵੀਡੀਓ ਤੇ ਵਿੱਚ ਤੁਹਾਨੂੰ ਦਿਖਾਉਂਗਾ ਕੀ ਕੀ ਮੇਰੀ ਪੈਕਿੰਗ ਹੋ ਗਈ ਹੈ, ਕੀ ਕੀ ਨਹੀਂ ਪੈਕਿੰਗ ਹੋਈ, ਟੈਚੀ ਟੁੱਚੀ ਸਾਰਾ ਕੁਝ ਮੈਂ ਲਿਆਂਦਾ, ਅੰਨੀ ਦਾ ਖੜਾ ਦਿੱਲੀ ਏਅਰਪੋਰਟ ਤੇ ਸੀਗਾ, ਕੂਚੂ ਗਾਲਾਂ ਖਾਂਦਾ ਮੇਰੇ ਕੋਲ, ਕਤਨਾ ਬਖਸ਼, ਹੋਰ ਕੁਝ ਕਹਿਣ ਲੱਗਿਆ ਸੀ ਮੈਂ, ਸਾਰਾ ਕੁਝ ਮੈਂ ਲਿਆਂਦਾ ਵਾ, ਠੀਕ ਆ, ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ, ਕੀ ਸਿੱਖਿਆ ਇਹਦੀ ਵੀਡੀਓ ਤੋਂ ਤੁਸੀਂ, ਕਪਲ ਮੇਰੇ ਰੋਮਾਂਚਿਕ ਪ੍ਰੋਗਰਾਮ ਵੇਖਦੇ ਆ, ਵਿਆਹੇ ਬਾਰੇ ਜੋੜੇ ਬਥੇਰੇ ਮੇਰੇ ਰੋਮਾਂਚਿਕ ਪ੍ਰੋਗਰਾਮ ਵੇਖਦੇ ਆ, ਕੀ ਸਿੱਖਿਆ ਇਹਦੀ ਵੀਡੀਓ 'ਤੇ, ਇਹੀ ਸਿੱਖਿਆ ਕਿ ਜ਼ਿੰਦਗੀ 'ਚ ਕੁਛ ਮਰਜ਼ੀ ਕਰ ਲੈਣਾ ਪਰ ਬਾਵੇ ਵਰਗਾ ਨਹੀਂ ਬਣਨਾ, ਜਾਂ ਬਾਵੀ ਵਰਗਾ ਨਹੀਂ ਬਣਨਾ, ਇਹਨਾਂ ਦੇ ਲੱਛਣ ਵੇਖ ਕੇ ਰਿਲੇਸ਼ਨ ਸਾਹਮਣੇ ਸਿੱਖੋ ਵੀ ਕਿਵੇਂ ਕਰਦੇ ਇਹ, ਬੇਝਾਈਆਂ ਕਰਾਉਂਦੇ ਆਪਦੀਆਂ, ਵਧੀਆ ਤੁਹਾਨੂੰ ਮਹਿਸੂਸ ਹੁੰਦਾ ਯਾਰ, ਮੇਰੇ ਰੋਮਾਂਚਿਕ ਪ੍ਰੋਗਰਾਮ ਵੇਖਦੇ ਨੇ ਜਿਹੜੇ ਕਪਲ ਇੱਕ ਦਿਨ ਕਹਿੰਦੇ ਹੋਣੇ ਯਾਰ ਆਪਾਂ ਕਿੰਨੇ ਚੰਗੇ ਇਹਨਾਂ ਤੋਂ ਨਾ, ਆਪਾਂ ਤਾਂ ਐਵੇਂ ਲੜਦੇ ਰਹਿੰਦੇ ਹਾਂ, ਆਪਾਂ ਕਿੰਨੇ ਚੰਗੇ ਦੇਖ ਲਾ, ਕਿੰਨੇ ਚੰਗੇ ਹਾਂ, ਕਿੰਨਾ ਚੰਗਾ ਮੈਂ, ਤੂੰ ਮੈਨੂੰ ਕਹਿੰਦੇ ਸਭ ਤੋਂ ਗੰਦਾ ਘਰ ਵਾਲਾ, ਗੰਦਾ ਘਰ ਵਾਲਾ, ਸਭ ਤੋਂ ਗੰਦਾ ਤਾਂ ਉਹ ਹੈ, ਦੈਸ
ਇੰਨਾ ਬੁਰਾ ਹਾਲ ਹੈ ਇਹਨਾਂ ਦਾ। ਯਾਰ ਤੂੰ ਚਲਾ ਜਾ ਦੁਬਈ, ਤੇਰੇ ਘਰ ਰਾਹ 'ਚ ਅਸੀਂ ਆਏ ਖੜ੍ਹੇ ਹਾਂ ਵੀ ਤੈਨੂੰ ਰੋਕ ਲਵਾਂਗੇ, ਜਿਹੜਾ ਤੂੰ ਜਾ ਕੇ ਉੱਥੇ ਰੋਮਾਂਚਿਕ ਬਣਾਵਾਂਗੇ। ਇਸ ਤਰ੍ਹਾਂ ਤੂੰ ਬਲੌਗ ਪਾ ਦੇ ਉੱਥੇ ਵੀ ਲੋਕ ਆਏ ਜਾ ਗਿਆ, ਹੁਣ ਬਣਾਓ ਰੋਮਾਂਚਿਕ, ਨਾਲੇ ਤੂੰ ਉੱਥੇ ਰਿਪਲਾਈ ਕਰੀ ਜਾ ਕੇ ਸਾਡੇ। ਤੂੰ ਆਪ ਹੀ ਤਾਂ ਕਹਿੰਦਾ ਬਾਹਰਲੇ ਕੰਟਰੀ ਬੈਠਾ ਹੋਵੇ ਬੰਦਾ ਵਧੀਆ ਰਿਪਲਾਈ ਰਿਪਲੂ ਕਰ ਲੈਂਦਾ, ਇੱਥੇ ਤਾਂ ਹੁੰਦਾ ਨਹੀਂ। ਅਸੀਂ ਕਿਹੜਾ ਲੁਧਿਆਣੇ ਆ ਜਾਂਦੇ ਹਾਂ, ਤੂੰ ਤਾਂ ਫਿਰ ਵੀ ਫੋਨ ਫੂਨ ਜੇ ਕਰਨ ਲੱਗ ਜਾਂਦਾ ਜਾਂ ਕਰਾਉਣ ਲੱਗ ਜਾਂਦਾ। ਚਲੋ ਬਾਏ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਅਤੇ ਇੰਸਟਾ ਸਨੈਪਚੈਟ ਦੇ ਅੱਗੇ ਜਾ ਕੇ ਮੈਨੂੰ ਫੋਲੋ ਕਰ ਲਿਓ। ਬਾਏ ਯਾਰ, ਮੂਡ ਤਾਂ ਖਰਾਬ ਹੁੰਦਾ ਹੁੰਦਾ, ਕੋੜੇ ਟਕਾਰ ਵੀ ਆਉਣ ਲੱਗ ਜਾਂਦੇ ਇਹਨੂੰ ਵੇਖ ਕੇ, ਤਾਂ ਸਿਰ ਦਰਦ ਕਰਨ ਲੱਗ ਜਾਂਦਾ, ਪਸੀਨਾ ਵੀ ਜ਼ਿਆਦਾ ਆਉਂਦਾ ਢੂਹੀ 'ਚੋਂ, ਪਿੱਛੋਂ ਲਹਿਰ ਚੱਲਦੀ ਹੈ ਪਸੀਨੇ ਦੀ, ਇੰਨਾ ਨਾ ਅੰਨੀ ਦਾ ਬੋਂਗਾ। ਤੈਨੂੰ ਸ਼ਰਮ ਨਹੀਂ ਆਉਂਦੀ ਯਾਰ, ਆਊਗੀ ਵੀ ਕਿਵੇਂ, ਰੋਸਟ ਕਰਾ ਕੇ ਨਹੀਂ ਆਈ ਇੰਨੀਆਂ ਥਾਵਾਂ ਤੋਂ, 2 ਸਾਲ ਪਹਿਲਾਂ ਇੰਨੀਆਂ ਗਾਲਾਂ ਖਾਧੀਆਂ ਨੇ ਰੋਸਟਰਾਂ ਤੋਂ, ਗੰਦੀਆਂ ਗੰਦੀਆਂ ਨਿਰੀਆਂ ਹੀ ਸੜੀਆਂ, ਅਤੇ ਉਦੋਂ ਨਹੀਂ ਆਈ ਤੈਨੂੰ, ਹੁਣ ਕੀ ਆਵੇਗੀ ਅੰਨੀ ਦਿਨ। ਲੋਕ ਚੁੱਕ ਚੁੱਕ ਕੇ ਵੀਡੀਓ ਪਾਈ ਜਾਂਦੇ ਆ, ਤੇ ਤੂੰ ਨਾ ਪਾ ਨੈਟ 'ਤੇ, ਪ੍ਰੀਤ ਨੂੰ ਸੈਂਡ ਕਰਦਿਆ ਕਰ ਬਣਾ ਕੇ। ਚੱਲਦੇ ਰਕਾਨੇ ਸਿੱਕੇ ਮਿੱਤਰਾਂ ਦੇ ਖੋਟੇ, ਆ ਕੇ ਬਹਿੰਦੇ ਰਕਾਨੇ ਚੀਨੇ ਮਿੱਤਰਾਂ ਦੇ।